ਕੋਈ ਵਿਧਾਨ ਸਭਾ 'ਚ ਜਿਹੜੇ ਲੀਡਰ ਬੋਲਦੇ ਸਭ ਦੀ ਅਫੀਮ ਖਾਧੀ ਹੁੰਦੀ ਹੈ, ਰਾਜ ਸਭਾ ਤੱਕ ਬਾਗੀਆਂ ਪਾਉਂਦੇ ਲੀਡਰ ਜਾ ਕੇ ਅਫੀਮ ਖਾਧੀ ਹੁੰਦੀ ਹੈ, ਪਰ ਲੋਕਾਂ ਨੂੰ ਬਾਹਰ ਕਹਿਣਗੇ ਨਸ਼ਾ। ਪਤਾ ਨਹੀਂ ਤਾਂ ਮਾਫੀਆ ਕੋਈ ਅੰਦਰ ਖਾਤੇ ਮੰਤਰੀਆਂ ਨੂੰ ਪ੍ਰੈਸ਼ਰਾਈਜ਼ ਕੀਤਾ। ਇਹ ਲੋਕ ਜਦੋਂ ਹਮ ਹੀ ਭਰਦੇ ਆ ਨਾ, ਤਾਂ ਜਿਵੇਂ ਪਿੱਛੋਂ ਕੋਈ ਪਿਸਤੌਲ ਲਾਈ ਖੜਾ ਹੁੰਦਾ ਬੈਕ ਕੈਮਰੇ 'ਚ ਵੀ ਜੇ ਇਹਦੇ ਹੱਕ 'ਚ ਬੋਲਿਆ ਤਾਂ ਹਿਸਾਬ ਲਾ ਲਈ। ਖੁੱਡੀਆਂ ਸਾਹਿਬ ਦੇ ਬਿਆਨ ਤੋਂ ਕਲੀਅਰ ਹੁੰਦਾ ਵੀ ਕਹਿੰਦਾ ਚਿਹਰੇ ਤਾਂ ਸਾਡੇ ਖਿੜ ਜਾਂਦੇ ਜਦੋਂ ਅਸੀਂ ਇਹਦੀ ਚਰਚਾ ਹੁੰਦੀ ਹੈ, ਪਰ ਉਹ ਦਬਾਅ ਕੌਣ ਪਾਉਂਦਾ, ਉਹ ਡਰ ਇਹਨਾਂ ਨੂੰ ਕੌਣ ਪਾਉਂਦਾ, ਉਹ ਲੋਕ ਸਾਡੇ ਸਾਹਮਣੇ ਨਹੀਂ ਹਜੇ ਤੱਕ ਆਏ। ਉਹ ਮੈਂ ਕਹਿੰਦਾ ਕਮਲਿਓ, ਜੇ ਤੁਸੀਂ ਕਦੇ ਇਹਦੇ ਹੱਕ 'ਚ ਖੜ ਕੇ ਤਾਂ ਵੇਖੋ, ਆਹੀ ਪੰਜਾਬ ਤੁਹਾਨੂੰ ਇੱਕ ਘਰੇ ਫੋਟੋਆਂ ਲਾ ਕੇ ਨਾ ਪੁੱਜੇ ਨਾ ਤਾਂ ਨੀਵੇਂ ਥਾਂ ਪਾ ਲਿਓ। ਬੈਕ ਕੈਮਰੇ ਸੰਧਵਾ ਸਾਹਿਬ ਕਹਿੰਦੇ ਸੀ ਵੀ ਵਾਕਿਆ ਹੀ ਜੇ ਪੰਜਾਬ ਨੇ ਦੁਬਾਰਾ ਸਰਕਾਰ ਲਿਆਉਣੀ ਉਹਦਾ ਮੁੱਦਾ ਚੱਕ ਲਿਓ, ਅਤੇ ਅੱਜ ਜੇ ਉਹਨਾਂ ਦਾ ਇਸ ਮੁੱਦੇ ਤੋਂ ਧਿਆਨ ਪਾਸੇ ਹੁੰਦਾ ਤਾਂ ਫਿਰ ਸਾਨੂੰ ਡਰ ਪੈਂਦਾ ਯਾਰ। ਕਾਰਨ ਕੀ ਹੈ, ਪੰਜਾਬ 'ਚ 50 ਲੱਖ ਤੋਂ ਵੱਧ ਬੰਦਾ ਜਿਹੜਾ ਮਾਰੂ ਨਸ਼ੇ ਖਾ ਖਾ ਕੇ ਮਰ ਰਿਹਾ, ਨਪੁੰਸਕ ਹੋ ਰਿਹਾ, ਨਮਰਦ ਹੋ ਰਿਹਾ। ਜੇ ਉਹਨਾਂ ਨੂੰ ਫੀਮ ਮਿਲਦੀ ਹੋ ਜੇ, ਉਹ ਵਧੀਆ ਘਰ ਪਾ ਲੈਣ, ਚੰਗੇ ਨਾਗਰਿਕ ਬਣ ਕੇ ਜਿਉਂ ਜਾਣ, ਤਾਂ ਦੁੱਖ ਕੀ ਇਹਦੇ 'ਚ। ਇੱਕ ਨਸ਼ਾ ਖਤਮ ਕਰਕੇ ਨਵਾਂ ਨਸ਼ਾ ਲਿਆਉਣਾ, ਇਹ ਵੀ ਕਿੱਡੀ ਕੁ ਸਿਆਣਪ ਹੈ, ਉਹ ਵੀ ਤਾਂ ਨਸ਼ਾ ਹੀ ਹੈ। WHO ਨੇ ਅੱਖਾਂ 'ਤੇ ਪਰਦਾ ਪਾਤਾ, ਰਾਜਸਥਾਨ ਨੂੰ ਕਹਿੰਦਾ, MP ਨੂੰ ਕਹਿੰਦਾ, ਉੱਤਰਾਖੰਡ ਨੂੰ ਕਹਿੰਦਾ, UP ਨੂੰ ਕਹਿੰਦੇ, ਕਹਿੰਦੇ ਬੜੀ ਸੋਹਣੀ ਫਸਲ ਆ, ਲੱਖਾਂ ਰੁਪਇਆ ਕਿਸਾਨ ਕਮਾਉਂਦਾ, ਅਫੀਮ ਬੀਜੋ। ਪੰਜਾਬ ਨੂੰ ਕਹਿੰਦਾ ਆ ਕੇ ਪੰਜਾਬੀਓ, WHO ਨੇ ਕਹਿਤਾ ਇਹ ਮਾਰੂ ਨਸ਼ਾ ਹੈ, ਇਹ ਪੰਜਾਬ 'ਚੋਂ ਬੈਨ ਕਰ ਦਿਉ, ਜੇ ਕਿਸੇ ਨੇ ਇੱਕ ਡੱਕਾ ਵੀ ਲਾ ਲਿਆ ਤਾਂ ਉੱਥੇ ਤੁਰਨਾ ਜਿੱਥੋਂ ਘੜਾਊਗਣਾ। ਇਹ ਤਾਂ ਅੰਨਿਆਂ ਨੂੰ ਵੀ ਪਤਾ, ਇਹ ਤਾਂ ਪਾਗਲਿਆਂ ਨੂੰ ਵੀ ਪਤਾ ਵੀ ਜੇ ਐਡੇ ਮਾਰੂ ਨਸ਼ੇ ਦੀ ਅੱਗ ਪੰਜਾਬ 'ਚ ਲੱਗੀ ਹੋਈ ਹੈ ਤਾਂ ਇਹਨੂੰ ਕੁਦਰਤ ਦੀ ਦੇਣ ਖਸਖਸ ਦੀ ਖੇਤੀ ਖਤਮ ਕਰ ਸਕਦੀ ਹੈ। ਉਗਾਉਂਦੇ ਸਾਡੇ ਲੋਕ ਆ, ਪੈਦਾ ਮਿਹਨਤ ਤਾਂ ਸਾਡੇ ਕਿਸਾਨ ਕਰਦੇ, ਸਾਰੀ ਫੀਮ ਚੱਕ ਕੇ ਇੰਗਲੈਂਡ ਲਿਜਾਂਦਾ, ਜੇ ਇਹੀ ਮਾੜੀ ਹੋਵੇ ਤਾਂ ਇੰਗਲੈਂਡ ਚੱਕੇ ਕਿਉਂ। ਹੁਣ ਮੈਨੂੰ ਪੋਸਟ ਜਾਂ ਤੁਹਾਨੂੰ ਫੀਮ ਖਵਾ ਦੇ, 2 ਘੰਟੇ ਬਾਅਦ ਕੋਈ ਵੀ ਬੰਦਾ ਆ ਕੇ ਗੈਸ ਕਰ ਜੇ ਵੀ ਕਿਹਨੇ ਫੀਮ ਖਾਧੀ ਹੈ ਅਤੇ ਜਾਂ ਕਿਹੜਾ ਸੋਫੀ ਖੜਾ, ਅਤੇ ਮੈਂ ਲੱਥ ਲੋ ਟੱਪ ਜੂੰ। ਰਾਜਸਥਾਨ ਦੇ ਵਿੱਚ ਹੋ ਰਹੀ ਹੈ, ਠੇਕੇ ਖੁੱਲ੍ਹੇ ਹੋਏ ਆ, ਪੰਜਾਬ ਦੇ ਵਿੱਚ ਹੋ ਕਿਉਂ ਨਹੀਂ ਰਹੀ, ਉਹਦਾ ਕਾਰਨ ਕੀ ਹੈ, ਤੁਸੀਂ ਸਟੱਡੀ ਕੀਤੀ ਇੰਨੇ ਸਮਾਂ? ਸਭ ਤੋਂ ਵੱਡਾ ਨੁਕਸਾਨ ਆ ਮੈਡੀਕਲ, ਜੋ ਦੁਨੀਆ ਦਾ ਸਭ ਤੋਂ ਟੌਪ ਦਾ ਅਤੇ ਅਮੀਰਾਂ ਦਾ ਧੰਦਾ, ਸਭ ਤੋਂ ਵੱਡਾ ਨੁਕਸਾਨ ਹੋਣਾ ਮੈਡੀਕਲ ਨੂੰ, ਉਸ ਤੋਂ ਬਾਅਦ ਵੱਡਾ ਨੁਕਸਾਨ ਹੋਣਾ ਆ ਦੀਪ ਮਲਹੋਤਰੇ ਵਰਗੇ ਜਿਹੜੇ ਫੈਕਟਰੀਆਂ ਚਲਾਉਂਦੇ ਸ਼ਰਾਬ ਦੀਆਂ। ਇਹ 2 ਤਾਕਤਾਂ ਬਹੁਤ ਵੱਡੀਆਂ ਜਿਹੜਾ ਸਾਡਾ ਵਿਰੋਧ ਕਰਦੀਆਂ, 1 ਏਜੰਸੀਆਂ ਜਿਹੜਾ ਪੰਜਾਬ ਨੂੰ ਠੋਕਣਾ ਚਾਹੁੰਦੀਆਂ। ਇਹ ਕਹਿੰਦੇ ਸਸਤੀ ਬਹੁਤ ਆ ਫਸਲ ਦੇ ਤੌਰ 'ਤੇ ਵੇਖੀਏ ਤਾਂ, ਉੱਨੀ ਮਹਿੰਗੀ ਤਾਂ ਵਿਕਣੀ ਨਹੀਂ, ਫਿਰ ਉਹਨਾਂ ਦਾ ਨੁਕਸਾਨ ਹੋਊ, ਤਾਂ ਹੀ ਤਾਂ ਫਿਰ ਖੇਤੀ ਉਹ ਕਹਿ ਨਹੀਂ ਰਹੇ, ਜੇਕਰ ਖੇਤੀ ਕਹਿ ਦੀ ਤਾਂ ਨੁਕਸਾਨ ਹੋਊ ਕਿਸਾਨੀ ਦਾ। ਤੁਸੀਂ UP ਦੇ ਕਿਸਾਨਾਂ ਕੋਲ ਜਾ ਕੇ ਵੇਖਿਓ ਵੀ ਤੁਹਾਡੇ ਪਰਮਿਟ ਕੱਟਦੀ ਹੈ, ਇਹਦਾ ਕਿਹੜਾ ਫਾਇਦਾ, ਉਹ ਤੁਹਾਡਾ ਗਲ ਘੁੱਟਣ ਦੇ ਜਾਣਗੇ। 5-5 ਲੱਖ ਦੀ ਇਕੱਲੀ ਖਸਖਸ ਵਿਕ ਜਾਂਦੀ ਹੈ, ਜਿਹੜਾ ਨੈਸ਼ਨਲ ਲੈਵਲ ਦੇ 1500 ਤੋਂ ਵੱਧ 2000 ਕਿਲੋ ਦਾ ਰੇਟ ਹੈ ਇਕੱਲੀ ਖਸਖਸ, 15-16 ਲੱਖ ਦੇ ਡੋਡੇ ਨਿਕਲ ਜਾਣਗੇ 1 ਕਿਲੋ 'ਚ, ਫੀਮ ਸਾਰੀ ਸਰਕਾਰ ਚੱਕ ਲਏ, ਅਸੀਂ ਕਹਿੰਦੇ 3000 ਛੱਡੋ, ਤੁਸੀਂ 500 ਨੂੰ ਕਿਲੋ ਲੈ ਲਓ ਫੀਮ। ਜਿਹੜਾ ਬੰਦਾ ਖਾਂਦਾ 50-50 ਸਾਲ ਤੱਕ ਖਾਂਦਾ, ਨਾ ਉਹ ਸਰੀਰ ਦੇ ਪੱਖੋਂ ਡਾਊਨ ਹੋਵੇ, ਨਾ ਉਹਦੀ ਸੋਚ ਗਲਤ ਹੋਵੇ, ਅਤੇ ਨਾ ਹੀ ਉਹ ਕਿਸੇ ਨਾਲ ਲੜੇ। ਇਹਨੂੰ ਨਸ਼ਾ ਮੈਂ ਤਾਂ ਕਹਿੰਦਾ ਵੀ 1 ਕਰੋੜ ਦਾ ਨਾਮ ਰੱਖਿਆ ਮੇਰੀ ਜਥੇਬੰਦੀ ਵੱਲੋਂ, 1 ਕਰੋੜ ਰੁਪਇਆ ਦੇਵਾਂਗੇ, ਇਹਦਾ ਕੋਈ ਸਾਬਤ ਕਰੇ ਵੀ ਇਹਦਾ ਨੁਕਸਾਨ ਹੈ। ਪਰ ਤੁਸੀਂ ਇਹ ਮੰਗ ਕਿਉਂ ਨਹੀਂ ਕਰਦੇ ਕਿ ਨਸ਼ਾ ਹਰ ਤਰ੍ਹਾਂ ਦਾ ਹੀ ਬੰਦ ਕਰ ਦਿੱਤਾ ਜਾਵੇ, ਜੇ ਨਸ਼ਾ ਇਹਨੂੰ ਮਕਾਉਣਾ ਹੀ ਮਤਲਬ ਆਪਣਾ ਉਹ ਹੈ, ਆਪਾਂ ਚਾਹੁੰਦੇ ਹਾਂ ਵੀ ਨਸ਼ਾ ਮਕਾ ਦਈਏ, ਪਰ ਚਿੱਟਾ ਵੀ ਮਕਾਓ, ਫਿਰ ਫੀਮ ਵੀ ਸਾਰਾ ਕੁਝ ਕਿਉਂ ਨਹੀਂ ਮਕਾਉਣਾ ਚਾਹੁੰਦੇ? ਨਸ਼ੇ ਮਾੜੇ ਹੁੰਦੇ ਆ, ਬੜੇ ਸਰਕਾਰ ਨੇ ਵੀ ਡਰਾਮਾ ਕੀਤਾ, ਕੋਈ ਇੱਥੇ ਜਥੇਬੰਦੀਆਂ ਵਾਲੇ ਵੀ ਆ ਗਏ, ਕਾਲਾ ਡੇ ਬਣਾਓ ਜੀ, ਬਲੈਕ ਡੇ ਬਣਾਓ, ਆਪਦੀਆਂ ਲੀਡਰਾਂ ਚਮਕਾ ਲੀਆਂ, ਉਹ ਕਰਦੇ ਆ ਡਰਾਮਾ, ਉਹ ਕਰਦੇ ਆ ਸਿਰਫ ਜਿਵੇਂ ਕਹਿੰਦੇ ਹਵਾਈ ਗੱਲਾਂ ਸਿਆਣਪ ਨਾਲ, ਉਹ ਚਿੱਟਾ ਅਤੇ ਟੀਕਾ ਖਤਮ ਨਹੀਂ ਕਰ ਸਕੇ। ਹਾਂ, ਕੁੱਡੀਆਂ ਸਾਹਿਬ ਨੂੰ ਕਹਿੰਦਾ ਤੁਸੀਂ ਇਹਦੇ ਹੱਕ 'ਚ ਬੋਲੋ, ਤੁਹਾਡੀ ਪੂਜਾ ਕਰਨਗੇ ਲੋਕ, ਜਿਹੜਾ ਤੁਹਾਡਾ ਕੋਈ ਵਿਰੋਧ ਕਰ ਗਿਆ, ਚਾਹੇ ਉਹ ਅਕਾਲੀ ਹੈ, ਚਾਹੇ ਕਾਂਗਰਸ, ਚਾਹੇ BJP ਵਾਲਾ, ਉਹਨੂੰ ਪਿੰਡਾਂ 'ਚ ਵੜਨਾ ਬੈਨ ਕਰਾਂਗੇ ਅਸੀਂ, ਹੁਣ ਲੋਕ ਇੰਨੇ ਕੱਕੇ ਪਏ ਆ। ਲੋਕਵਾਚ TV ਨਾਲ ਜੁੜਿਓ, ਤੁਸੀਂ ਮੈਂ ਹਮਤਾਜ। ਭੁੱਕੀ ਫੀਮ ਦੀ ਖੇਤੀ ਦੀ ਮੰਗ ਅਕਸਰ ਹੀ ਪੰਜਾਬ ਦੇ ਵਿੱਚ ਉੱਠਦੀ ਰਹਿੰਦੀ ਹੈ ਅਤੇ ਉਸ ਤੋਂ ਬਾਅਦ ਫਿਰ ਦਬਾ ਲਈ ਜਾਂਦੀ ਹੈ। ਹੁਣ ਵਿਧਾਨ ਸਭਾ ਪੰਜਾਬ ਦੇ ਵਿੱਚ ਜਿਹੜੀ ਮੰਗ ਉਠਾਈ ਗਈ ਹੈ ਕਿ ਫੀਮ ਅਤੇ ਭੁੱਕੀ ਦੀ ਖੇਤੀ ਕੀਤੀ ਜਾਵੇ, ਜੇਕਰ ਖੇਤੀ ਨਹੀਂ ਕਰਨੀ ਤਾਂ ਘੱਟੋ ਘੱਟ ਠੇਕੇ ਖੋਲ੍ਹ ਦਿੱਤੇ ਜਾਣ, ਤਾਂ ਜੋ ਨੌਜਵਾਨਾਂ ਨੂੰ ਜਿਹੜੇ ਮੈਡੀਕਲ ਨਸ਼ੇ ਆ ਅਤੇ ਜਾਂ ਜਿਹੜੇ ਮਾਰੂ ਨਸ਼ੇ ਆ ਚਿੱਟੇ ਵਰਗੇ, ਉਹਨਾਂ ਤੋਂ ਬਚਾਇਆ ਜਾ ਸਕੇ।
ਪਰ ਉਸ ਤੋਂ ਬਾਅਦ ਇੱਕ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਨੇ ਕਿ ਨਹੀਂ, ਇਹ ਮੰਗ ਨਹੀਂ ਮੰਨੀ ਜਾਵੇਗੀ। ਇੱਦਾਂ ਦੀਆਂ ਮਤਲਬ ਵਿਧਾਨ ਸਭਾ ਦੇ ਵਿੱਚ ਮੰਗ ਉੱਠਣੀ, ਉਸ ਤੋਂ ਬਾਅਦ ਫੀਮ ਭੁੱਕੀ ਦੀ ਚਰਚਾ ਅਕਸਰ ਹੀ ਹੁੰਦੀ ਹੈ ਅਤੇ ਮੰਗ ਉਠਾਉਂਦੇ ਰਹਿੰਦੇ ਆ। ਜਗਜੀਤ ਸਿੰਘ ਜੱਗਾ ਮੁਕਤਸਰ ਇਨਸਾਫ਼ ਟੀਮ ਦੇ ਸੂਬਾ ਪ੍ਰਧਾਨ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਫੀਮ ਭੁੱਕੀ ਦੀ ਖੇਤੀ ਹੋ ਸਕਦੀ ਹੈ ਜਾਂ ਨਹੀਂ, ਕੀ ਇਹਦੇ ਫਾਇਦੇ ਨੁਕਸਾਨ ਨੇ। ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਧੰਨਵਾਦ ਤੁਹਾਡੇ ਇਸ ਚੈਨਲ ਦਾ ਜੋ ਤੁਸੀਂ ਸਾਡੀ ਆਵਾਜ਼ ਚੱਕਣ ਲਈ ਆਏ ਜੀ। ਹਾਂਜੀ, ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਆਵਾਜ਼ ਪਹੁੰਚ ਗਈ ਫੀਮ ਭੁੱਕੇ ਦੀ, ਇਹਦਾ ਮਤਲਬ ਕਿ ਵਾਕਈ ਲੋੜ ਹੈ ਇਹ ਚੀਜ਼ ਦੀ? ਬਹੁਤ ਸੋਹਣੀ ਗੱਲ ਹੈ, ਕਿਉਂਕਿ ਜਿੰਨਾ ਅੱਜ ਨੈਸ਼ਨਲ ਨਿਊਜ਼ ਤੱਕ ਸਾਨੂੰ ਫੋਨ ਆਏ, ਸਾਨੂੰ ਇਸ ਬਾਰੇ ਲੋਕਾਂ ਨੇ ਪੁੱਛਿਆ ਵੀ ਕਾਰਨ ਕੀ ਹੈ, ਚਾਹੁੰਦੇ ਸਾਰੇ ਹੈ। ਖੁੱਡੀਆਂ ਸਾਹਿਬ ਦੇ ਬਿਆਨ ਤੋਂ ਕਲੀਅਰ ਹੁੰਦਾ ਵੀ ਕਹਿੰਦਾ ਚਿਹਰੇ ਤੋਂ ਸਾਡੇ ਖਿੜ ਜਾਂਦੇ ਜਦੋਂ ਅਸੀਂ ਇਹਦੀ ਚਰਚਾ ਹੁੰਦੀ ਹੈ, ਪਰ ਉਹ ਦਬਾਅ ਕੌਣ ਪਾਉਂਦਾ, ਉਹ ਡਰ ਇਹਨਾਂ ਨੂੰ ਕੌਣ ਪਾਉਂਦਾ, ਉਹ ਲੋਕ ਸਾਡੇ ਸਾਹਮਣੇ ਨਹੀਂ ਹਜੇ ਤੱਕ ਆਏ। ਪਤਾ ਨਹੀਂ ਤਾਂ ਮਾਫੀਆ ਕੋਈ ਅੰਦਰ ਖਾਤੇ ਮੰਤਰੀਆਂ ਨੂੰ ਪ੍ਰੈਸ਼ਰਾਈਜ਼ ਕੀਤਾ। ਇਹ ਲੋਕ ਜਦੋਂ ਹਮ ਹੀ ਭਰਦੇ ਆ ਨਾ, ਤਾਂ ਜਿਵੇਂ ਪਿੱਛੋਂ ਕੋਈ ਪਿਸਤੌਲ ਲਾਈ ਖੜਾ ਹੁੰਦਾ ਬੈਕ ਕੈਮਰੇ 'ਚ ਵੀ ਜੇ ਇਹਦੇ ਹੱਕ 'ਚ ਬੋਲਿਆ ਤਾਂ ਹਿਸਾਬ ਲਾ ਲਈ, ਉਸ ਤੋਂ ਬਾਅਦ ਨਹੀਂ ਜੀ ਨਸ਼ਾ ਅਸੀਂ ਬੋਲ ਨਹੀਂ ਸਕਦੇ। ਉਹ ਮੈਂ ਕਹਿੰਦਾ ਕਮਲਿਓ, ਜੇ ਤੁਸੀਂ ਕਦੇ ਇਹਦੇ ਹੱਕ 'ਚ ਖੜ ਕੇ ਤਾਂ ਵੇਖੋ, ਆਹੀ ਪੰਜਾਬ ਤੁਹਾਨੂੰ ਇਹ ਘਰੇ ਫੋਟੋਆਂ ਲਾ ਕੇ ਨਾ ਪੁੱਜੇ ਨਾ ਤਾਂ ਨੀਵੇਂ ਥਾਂ ਭਾਲਿਓ। ਇੰਨਾ ਲੋਕ ਚਾਹੁੰਦੇ ਹੋਣ, ਇੰਨੀਆਂ ਖੁਸ਼ੀਆਂ ਜਿਹਦੇ ਨਾਲ ਜੁੜੀਆਂ ਹੋਣ, ਕ੍ਰਾਈਮ ਖਤਮ ਹੁੰਦਾ ਹੋਵੇ, ਅਤੇ ਫਿਰ ਵੀ ਡਿਬੇਟ ਨਹੀਂ, ਫਿਰ ਵੀ ਚਰਚਾ ਨਹੀਂ, ਫਿਰ ਸੋਚਣ ਵਾਲਾ ਵਿਸ਼ਾ ਵੀ ਕਿਤੇ ਨਾ ਕਿਤੇ ਵਾਕਿਆ ਹੀ ਮਾਫੀਆ ਬਹੁਤ ਵੱਡੀ ਤਾਕਤ ਹੈ ਜਿਹੜਾ ਇਹਨਾਂ ਦੀ ਜ਼ਬਾਨਾਂ ਰੋਕਦਾ ਜੀ। ਮਤਲਬ ਵਿਧਾਨ ਸਭਾ ਦੇ ਵਿੱਚ ਗੱਲ ਉੱਠੀ ਹੈ, ਮਤਲਬ ਲੋੜ ਤਾਂ ਉਹਨੂੰ ਲੱਗਦੀ ਹੈ ਕਿ ਲੋੜ ਇਹਦੀ ਹੈਗੀ ਹੈ, ਫਿਰ ਹੀ ਗੱਲ ਉਠਾਈ ਗਈ। ਬਿਲਕੁਲ ਬਿਲਕੁਲ, ਵਿਧਾਨ ਸਭਾ ਬਹੁਤ ਹੀ ਇੱਕ ਪਵਿੱਤਰ ਮੰਚ ਹੈ, ਉੱਥੇ ਫਾਲਤੂ ਕੁਐਸਚਨ ਨਾ ਹੀ ਰੱਖਿਆ ਤਾਂ ਨਾ ਹੀ ਅਲਾਓ ਹੁੰਦਾ। ਜੇ ਸਰਕਾਰ 'ਚ ਇਹਦੀ ਕੋਈ ਖਿਚੜੀ ਰਿੱਝ ਰਹੀ ਹੈ ਜਾਂ ਕੋਈ ਇਹਦੀ ਚਰਚਾ ਛਿੜੀ ਹੋਈ ਹੈ, ਜਾਂ ਛਿੜੀ ਪਤਾ ਕਿਉਂ ਹੈ, ਇੱਕ ਤਪੱਸਿਆ ਕੀਤੀ ਹੈ ਜੀ। ਅੱਜ ਕੋਈ ਉੱਠ ਕੇ ਬਿਆਨ ਦੇ ਦੇ, ਕੋਈ ਵੀਡੀਓ ਪਾ ਦੇ ਵੀ ਮੈਂ ਖੇਤੀ ਦੇ ਹੱਕ 'ਚ ਤਾਂ ਕਹਿਣਾ ਸੌਖਾ, ਪਰ ਅਸੀਂ ਜਦੋਂ ਸ਼ੁਰੂ ਕੀਤਾ ਸੀ ਨਾ, ਉਦੋਂ ਡਾਕਟਰ ਗਾਂਧੀ ਵਰਗਿਆਂ ਨੇ ਇੱਕ ਬਿਆਨ ਦਿੱਤੇ ਸੀ ਵੀ ਇਹ ਚੀਜ਼ ਵਧੀਆ, ਉਹ ਸ਼ਾਇਦ ਚੁੱਪ ਕਰਕੇ ਆ ਗੱਲਾਂ ਕਹਿ ਕੇ, ਪਰ ਅਸੀਂ ਉਦੋਂ ਇੱਕ ਸੋਚ ਲਿਆ ਸੀ ਵੀ ਵਾਕਿਆ ਹੀ ਇਹਦੀ ਸਟੱਡੀ ਕਰੀਏ। ਅੱਜ 8 ਸਾਲ ਤੋਂ ਤਪੱਸਿਆ ਕੀਤੀ, 900 ਪਿੰਡਾਂ ਤੋਂ ਵੱਧ ਜਾ ਕੇ ਮੈਂ ਮੀਟਿੰਗਾਂ ਕੀਤੀਆਂ, ਪੰਜਾਬ ਭਰ 'ਚ ਰੋਡ ਸ਼ੋਅ ਕੀਤੇ ਔਰ ਰੈਲੀਆਂ ਕੀਤੀਆਂ। ਲੋਕ ਸਾਨੂੰ ਅਮਲੀ ਦਾ ਸਟੈਗ ਵੀ ਲਾ ਦਿੰਦੇ ਸੀ, ਬਦਨਾਮੀ ਵੀ ਦਿੰਦੇ ਸੀ, ਸਾਨੂੰ ਪਤਾ ਸੀ ਵੀ ਇੱਜ਼ਤ ਦਾਅ 'ਤੇ ਲਾ ਕੇ ਚੱਲਣਾ ਪੈਣਾ, ਪਰ ਅੱਜ ਸਾਡੀ ਅੱਧੀ ਜਿੱਤ ਤਾਂ ਹੋ ਗਈ ਹੈ, ਕਿਉਂਕਿ ਉਸ ਮੁੱਦੇ 'ਤੇ ਜਿਹਦੇ ਗੱਲ ਕਰਨਾ ਵੀ ਵਾਜਬ ਨਹੀਂ ਸਮਝਦੇ। ਲੋਕ ਬਦਨਾਮੀ ਹੁੰਦੀ ਸੀ, ਹੱਸਦੇ ਸੀ ਜਾਂ ਬੈਕ ਕੈਮਰੇ 'ਤੇ ਨਾ ਯਾਰ ਫੀਮ ਦੀ ਗੱਲ ਨਾ ਕਰੋ, ਅੱਜ ਉਸ ਦੀ ਚਰਚਾ ਵਿਧਾਨ ਸਭਾ 'ਤੇ ਹੋਣ ਲਾ ਤੀ, ਇਹ ਆ ਸਾਡੀ ਜਿੱਤ। ਹੌਲੀ ਹੌਲੀ ਸਾਡਾ ਦਬਾਅ, ਸਾਡੇ ਲੋਕਾਂ ਦੀ ਮੰਗ ਐਡੀ ਕੁ ਹੋ ਜਾਣੀ ਹੈ ਵੀ ਸੈਂਟਰ ਨੂੰ ਵੀ ਗੋਡਿਆਂ ਥੱਲੇ ਲੈ ਲਾਂਗੇ। ਸੁੱਖ ਰੱਖੇ ਮਾਲਕ, ਤੁਹਾਡੇ ਵਰਗੇ ਭਰਾਵਾਂ ਦੀ ਕਿਰਪਾ ਬਣੀ ਰਹੇ, ਅਤੇ ਆਹੀ ਮੰਤਰੀ ਕਹਿਣਗੇ ਵੀ ਖੇਤੀ ਜੇ ਰਾਜਸਥਾਨ 'ਚ ਫਾਇਦਾ ਕਰਦੀ ਹੈ ਨਾ, ਤਾਂ ਪੰਜਾਬ 'ਚ ਅਸੀਂ ਨਸ਼ਾ ਨਹੀਂ ਬਣਨ ਦੇਵਾਂਗੇ, ਇੱਥੇ ਵੀ ਹੋਊਗੀ ਇਹ। ਕਿਵੇਂ ਦੇਖਦੇ ਜਿਵੇਂ ਰਾਜਸਥਾਨ ਦੇ ਵਿੱਚ ਹੋ ਰਹੀ ਹੈ, ਠੇਕੇ ਖੁੱਲ੍ਹੇ ਹੋਏ ਆ, ਪੰਜਾਬ ਦੇ ਵਿੱਚ ਹੋ ਕਿਉਂ ਨਹੀਂ ਰਹੀ, ਉਹਦਾ ਕਾਰਨ ਕੀ ਹੈ, ਤੁਸੀਂ ਸਟੱਡੀ ਕੀਤੀ ਇੰਨੇ ਸਮਾਂ? ਵਾਹ ਜੀ ਵਾਹ, ਬਹੁਤ ਹੀ ਵੱਡੀ ਗੱਲ ਹੈ ਬਾਈ ਜੀ। ਅਸਲ ਦੇ ਵਿੱਚ ਨਾ ਕਹਿ ਤਾਂ ਦਿੰਦੇ ਵੀ ਪੰਜਾਬ ਦੀ ਜਵਾਨੀ ਸੂਰਮ ਗਤੀ ਲੈ ਕੇ ਜਾਂਦੀ ਹੈ, ਇੱਥੋਂ ਦੇ ਯੋਧੇ ਆ ਲੋਕ, ਬਲੱਡ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਪਾਇਆ ਜਾਂਦਾ ਵੀ ਹਰ ਇੱਕ, ਚਾਹੇ ਤਾਂ ਕੋਈ ਮੁਗਲ ਆਏ ਹੈ ਅਤੇ ਚਾਹੇ ਕੋਈ ਇੱਥੇ ਅੰਗਰੇਜ਼ ਆਏ ਆ, ਜਿਨ੍ਹਾਂ ਨੇ ਵੀ ਹੁਣ ਤੱਕ ਵੱਡੀਆਂ ਤਾਕਤਾਂ ਨੇ ਜਦੋਂ ਪੰਜਾਬ ਨੂੰ, ਦੇਸ਼ ਨੂੰ ਖਤਮ ਕਰਨਾ ਹੈ ਨਾ, ਅਤੇ ਉਹਨਾਂ ਨੂੰ ਇੱਕ ਗੁਰੂਆਂ ਦਾ ਦਿੱਤਾ ਥਾਪੜਾ ਇਸ ਕੌਮ ਨੂੰ, ਡਰ ਬਹੁਤ ਪੈਂਦਾ, ਇਕੱਲਾ ਡਰ ਨਹੀਂ, ਇੱਥੋਂ ਦੀ ਜਵਾਨੀ 'ਚ ਕਰੰਟ ਹੈ ਗੁਰੂ ਗੋਬਿੰਦ ਸਿੰਘ ਦੀ, ਉਸ ਫੌਜ ਨੂੰ, ਉਸ ਰਹਿਮਤ ਨੂੰ, ਚਾਹੇ ਉਹ ਸਿੱਖ ਹੋਵੇ ਚਾਹੇ ਕੋਈ ਹਿੰਦੂ ਮੁਸਲਿਮ ਹੋਵੇ ਜਿਹੜਾ ਪੰਜਾਬ 'ਚ ਜੰਮਿਆ ਨਾ, ਉਹਨੂੰ ਨਿੱਤ ਮੁਹਿੰਮਾਂ ਅਤੇ ਨਿੱਤ ਸੰਘਰਸ਼ਾਂ ਦਾ ਸਾਹਮਣਾ ਕਰਦਾ। ਇਹ ਗੱਲ ਮੈਂ ਕਿਉਂ ਦੁਹਰਾਈ, ਕਿਉਂਕਿ ਏਜੰਸੀਆਂ ਅਤੇ ਉਹ ਸੈਂਟਰ ਦੇ ਸਾਡੇ ਜਿਹੜੇ ਵਿਰੋਧੀ ਆ ਲੀਡਰ, ਉਹਨਾਂ ਦੇ ਦਿਮਾਗ 'ਚ ਗੱਲ ਹੁੰਦੀ ਹੈ ਵੀ ਜਿਹੜੀ ਇਹ ਜਵਾਨੀ ਹੈ ਨਾ, ਇਹਨਾਂ 'ਚ ਕਰੰਟ ਬੜਾ, ਇਹਨਾਂ ਦਾ ਪਹਿਲਾਂ ਕਰੰਟ ਖਤਮ ਕਰੋ, ਕਰੰਟ ਸਾਡੇ ਕੁਦਰਤ ਦੀ
ਇੱਕ ਦੇਣ ਸੀ ਖਸਖਸ ਅਤੇ ਫੀਮ ਦੀ ਖੇਤੀ ਪੰਜਾਬ 'ਚ ਹੁੰਦੀ ਸੀ, ਪੰਜਾਬ 'ਚ ਠੇਕੇ ਰਹੇ ਆ, ਪਰ ਇਹਨਾਂ ਨੇ ਵੇਖਿਆ ਵੀ ਇਹ ਲੋਕ ਮਰੇ ਨਹੀਂ ਯਾਰ ਪੋਸਤ ਫੀਮ ਖਾ ਕੇ, ਇਹ ਤਾਂ ਮਸ਼ੀਨਾਂ ਵਾਂਗ ਕੰਮ ਕਰਦੇ ਆ, ਇੱਕ ਮਾੜੀ ਜਿਹੀ ਫੀਮ ਖਾਣੀ ਹਾੜੀਆਂ ਸਾਉਣੀਆਂ 'ਚ, ਅਤੇ ਤੁਹਾਡੀਆਂ JCB ਨਾਲ ਵੱਧ ਸਾਡੇ ਬਜ਼ੁਰਗਾਂ ਨੇ ਵਾਣ ਪੱਧਰ ਕੀਤੇ ਆ, ਇਹੋ ਜਿਹੀਆਂ ਮਿਹਨਤਾਂ ਕੀਤੀਆਂ ਇਹਨਾਂ ਬਾਦਲਾਂ ਨੂੰ ਵੀ ਅਤੇ ਜਾਂ ਦੂਜਿਆਂ ਨੂੰ ਵੀ, ਇੱਕ ਰਿਪੋਰਟ ਗਈ ਵੀ ਇਹ ਲੋਕ ਮਰਨੇ ਨਹੀਂ ਫੀਮ ਪੋਸਤ, ਅਸੀਂ ਮਾੜਾ ਸਮਝਦੇ, ਪਰ ਇਹ ਤਾਂ ਸਾਰੇ ਸਦੀਆਂ ਚੱਕ 100-100 ਸਾਲ ਉਮਰ ਕੱਢ ਕੇ ਨਾ ਦਿਮਾਗੋਂ ਅਪਸੈਟ ਹੋਏ, ਨਾ ਲੜਾਈਆਂ ਕੀਤੀਆਂ, ਨਾ ਨਾਲੀਆਂ 'ਚ ਡਿੱਗਦੇ ਆ, ਫਿਰ ਉਹ ਕਹਿੰਦੇ ਨਸ਼ਾ ਬਦਲੋ, ਜਿਵੇਂ ਸਾਡੇ ਵਿਧਾਨ ਸਭਾ ਸਪੀਕਰ ਪੁੱਛਦੇ ਨਾ ਵੀ ਕਾਰਨ ਕੀ ਰਿਹਾ, ਪਤਾ ਕਰਕੇ ਦੱਸਿਓ, ਮੈਂ ਦੱਸਦਾ ਤੁਹਾਡੇ ਮਾਧਿਅਮ ਰਾਹੀਂ, ਕੁਲਤਾਰ ਸੰਧਵਾਂ ਸਾਡੇ ਬਹੁਤ ਸਤਿਕਾਰਯੋਗ ਬੇਲੀ ਵੀ ਆ, ਮੇਰੇ ਕੋਲ ਘਰ ਵੀ ਆਏ, ਸਾਡੇ ਨਾਲ ਚਰਚਾ ਹੁੰਦੀ ਰਹਿੰਦੀ ਹੈ, ਔਰ ਬੈਕ ਕੈਮਰੇ ਸੰਵਿਧਾਨ ਸੰਧਵਾਂ ਸਾਹਿਬ ਕਹਿੰਦੇ ਸੀ ਵੀ ਵਾਕਿਆ ਹੀ ਜੇ ਪੰਜਾਬ ਨੇ ਦੁਬਾਰਾ ਸਰਕਾਰ ਲਿਆਉਣੀ ਇਹਨਾਂ ਦਾ ਮੁੱਦਾ ਚੱਕ ਲਿਓ, ਅਤੇ ਅੱਜ ਜੇ ਉਹਨਾਂ ਦਾ ਇਸ ਮੁੱਦੇ ਤੋਂ ਧਿਆਨ ਪਾਸੇ ਹੁੰਦਾ ਤਾਂ ਫਿਰ ਸਾਨੂੰ ਡਰ ਪੈਂਦਾ ਯਾਰ, ਕਾਰਨ ਕੀ ਹੈ, ਬੈਕ ਕੈਮਰੇ ਤਾਂ ਸਾਡੇ ਹੱਕ 'ਚ ਹੋਣਾ, ਮੇਰੀ ਪਿੱਠ ਥਪ ਥਪਾਉਣਾ ਵੀ ਵਾਕਿਆ ਜੱਗਾ ਜੀ ਲੱਗੇ ਰਹੋ ਉੱਥੇ ਜਾ ਕੇ, ਪਰ ਮੈਂ ਧੰਨਵਾਦ ਵੀ ਕਰਦਾ ਕਿਉਂਕਿ ਮੈਨੂੰ ਘਰ ਕਹਿ ਗਏ ਸੀ, ਕਹਿੰਦਾ ਕੋਈ ਵੀ ਕੁਐਸਚਨ ਚੱਕੇ ਸਾਡੇ MLA ਕਾਕਾ ਬਰਾੜ ਅਤੇ ਹੋਰ ਵੀ ਸਾਡੇ ਭਰਾ ਜਿਹੜੇ ਕੋਈ ਮੇਰੇ ਨਾਲ ਕਾਫੀ ਲਿਆ ਜਾ, ਉਹ ਕਹਿੰਦੇ ਕੋਈ ਬੰਦਾ ਕੁਐਸਚਨ ਚੱਕੇ ਸਮਾਂ ਮੈਂ ਦਊਂਗਾ, ਇਹਦੇ ਵਾਸਤੇ ਧੰਨਵਾਦ ਕਰਨਾ ਵੀ ਬਣਦਾ, ਕਿਉਂਕਿ ਜੇ ਸਪੀਕਰ ਸਾਹਿਬ ਨਾ ਕਹਿੰਦੇ ਤਾਂ ਫਿਰ ਇਹ ਗੱਲ ਸ਼ਾਇਦ ਨਾ ਉੱਠਦੀ, ਪਰ ਮੈਂ ਹੁਣ ਕਹਿਣਾ ਕੀ ਚਾਹੁੰਦਾ, ਏਜੰਸੀਆਂ ਰਲ ਕੇ ਮਰਨ ਨੂੰ ਫਿਰਦੀਆਂ, ਸੰਧਵਾਂ ਸਾਹਿਬ ਤਾਂ ਇਹ ਬੈਨ ਹੋਈ ਆ ਪੰਜਾਬ 'ਚੋਂ ਖੇਤੀ, ਉਹ ਕਹਿੰਦੇ ਵੀ ਇਹਦੇ ਨਾਲ ਲੋਕ ਮਰਦੇ ਨਹੀਂ, ਇਹਨਾਂ ਦੀਆਂ ਜੜ੍ਹਾਂ 'ਚ ਇਹਨਾਂ ਦੇ ਖੂਨ 'ਚ ਸਿੰਥੈਟਿਕ ਭਰ ਦਿਉ, ਚਿੱਟਾ ਭਰ ਦਿਉ, ਗੋਲੀਆਂ ਭਰ ਦਿਉ, ਆਹ ਕੈਪਟਨ ਨੇ ਦਿੱਤੀ ਬੁੱਪਣ ਗੋਲੀ, ਯਕੀਨ ਮੰਨਿਓ ਮੈਂ ਨੌਜਵਾਨ ਮੁੰਡਿਆਂ 'ਤੇ ਟੀਕਾ ਲਾਉਂਦੇ ਉਸ ਗੋਲੀ ਦਾ, ਔਰ ਇਕੱਲਾ ਮਾਸ ਨਹੀਂ ਹੱਡੀਆਂ ਫੁੱਲ ਕੇ ਫਟਦੀਆਂ ਵੇਖੀਆਂ ਉਸ ਗੋਲੀ ਨਾਲ, ਐਡੀ ਖਤਰਨਾਕ, ਐਡਾ ਵੱਡੀ, ਇੱਕ ਕਮਾਂ ਵੀ ਜੇ ਮੁਗਲ ਨਹੀਂ ਨਾ ਮਾਰ ਸਕੇ ਤਾਂ ਆਹ ਇੱਕ 2.5 ਇੰਚ ਦੀ ਸਰਿੰਜ ਅਤੇ ਬੁੱਪਣ ਗੋਲੀ ਮਾਰ ਰਹੀ ਆ ਲੋਕਾਂ ਨੂੰ, ਪਰ ਹਜੇ ਵੀ ਸਰਕਾਰਾਂ ਬੇਹਿਸਾਬ ਬੇਅਕਲਾਂ ਨਾਲ ਮੈਂ ਕਹਿ ਸਕਦਾ ਵੀ ਜਾਂ ਬਿਨਾਂ ਦਿਮਾਗ ਤੋਂ ਉਹੀ ਅੱਗ ਸਾਡੇ ਨੌਜਵਾਨਾਂ ਦੇ ਸਰੀਰਾਂ 'ਚ ਪਰੋਸ ਰਹੇ ਆ, ਬੁੱਪਣ ਗੋਲੀ ਖਾਣ ਵਾਲੇ ਮਰਦ ਤੱਕ ਵਿਚਾਰੇ ਹੋ ਰਹੇ ਆ, ਜਿਹੜੇ ਕਿਉਂਕਿ ਜਿਹੜੇ ਬਾਹਲੇ ਇੰਜੈਕਸ਼ਨ ਲਾ ਲੈਂਦੇ ਆ ਉਹਨਾਂ ਦਾ, ਅੱਜ ਤੁਸੀਂ ਸੱਚ ਮੰਨਿਓ ਮੇਰੇ ਕੋਲ ਬਹੁਤ ਆਉਂਦੇ ਕਿਉਂਕਿ ਮੈਂ ਲੜਾਈ ਲੜ ਰਿਹਾ, ਆਪ ਮੂੰਹੋਂ ਕਹਿ ਦਿੰਦੇ ਬਾਈ ਜੀ ਵੀ ਵਿਆਹ ਕਰਾਉਣ ਦੇ ਵੀ ਕਾਬਲ ਨਹੀਂ ਰਹੇ, ਇੰਨੇ ਲੋਕ ਔਖੇ ਹੋ ਗਏ, ਇੰਨੇ ਨੌਜਵਾਨ ਲਾਸ਼ਾਂ ਬਣਾਤੀਆਂ, ਹਜੇ ਤੁਸੀਂ ਗੋਲੀ ਨਾ ਬਦਲੋਗੇ, ਹਜੇ ਖੇਤੀ ਬਾਰੇ ਚਰਚਾ ਨਾ ਹੋਊਗੀ ਤਾਂ ਫਿਰ ਸਿੱਧਾ ਕਲੀਅਰ ਆ ਵੀ ਚਿੱਟਿਆਂ ਦਾ ਛੱਤਰ ਚੱਲਦਾ, ਜਿੱਥੇ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਹੋਵੇ, ਇਹ ਲੋਕ ਬੋਲ ਨਹੀਂ ਸਕਦੇ, ਪਰ ਬੋਲਣਗੇ ਉਦੋਂ ਜਦੋਂ ਤੁਸੀਂ ਅਤੇ ਲੋਕ ਸਾਹਮਣੇ ਵਿਖਾਏ ਉੱਠ ਕੇ ਵੀ ਸਾਡੇ ਬੱਚੇ ਮਰਦੇ ਪਏ ਆ, ਅਸੀਂ ਤੁਹਾਡੀਆਂ ਸ਼ਰਮਾਂ ਤੋਂ, ਅਸੀਂ ਤੁਹਾਡੀਆਂ ਇਹ ਡਰ ਤੋਂ ਸਰਕਾਰਾਂ ਬਦਲ ਦਾਂਗੇ ਜੇ ਨਾ ਤੁਸੀਂ ਇਹਦਾ ਧਿਆਨ ਦਿੱਤਾ, ਤਾਂ ਇਹ ਸੋਚਣੇ ਪਊ ਇਹਨਾਂ ਨੂੰ। ਅੱਛਾ, ਪਿੰਡਾਂ ਦੇ ਵਿੱਚ ਤੁਸੀਂ ਜਿਵੇਂ ਕਿਹਾ ਕਿ ਅਸੀਂ ਮੀਟਿੰਗਾਂ ਕਰਦੇ ਰਹੇ ਹਾਂ, 900 ਤੋਂ ਉੱਪਰ ਮੀਟਿੰਗ ਕਰ ਦਿੱਤੀ ਹੁਣ ਤੱਕ, ਪਿੰਡਾਂ ਦੇ ਵਿੱਚ ਲੋਕਾਂ ਦਾ ਕਿਵੇਂ ਸਹਿਯੋਗ ਹੈ, ਚਾਹੁੰਦੇ ਆ ਲੋਕ ਕਿ ਫੀਮ ਭੁੱਕੀ ਦੀ ਖੇਤੀ ਹੋਵੇ ਜਾਂ ਫੀਮ ਭੁੱਕੀ ਮਿਲੇ? ਬਾਈ ਜੀ ਕੀ ਬਾਤ ਆ, ਤੁਸੀਂ ਨਾ ਬੈਕ ਕੈਮਰਾ ਪਏ, ਹੁਣ ਤਾਂ ਲੋੜ ਹੀ ਨਹੀਂ ਕੈਮਰਾ ਬੈਕ ਕਰਨ ਦੀ, ਮੇਰੇ ਨਾਲ ਹੁਣ ਚੱਲ ਵੜੋ, ਕਿਹੜੇ ਮਰਜ਼ੀ ਪਿੰਡ 'ਚ, ਪਿੰਡ ਚੁਣੇ ਭਗਵੰਤ ਮਾਨ, ਪਿੰਡ ਚੁਣੇ ਇਹਨਾਂ ਦਾ ਸੰਧਵਾਂ ਸਾਹਿਬ, ਪਿੰਡ ਚੁਣੇ ਚਾਹੇ ਕੋਈ ਮੋਦੀ, ਪੰਜਾਬ ਦਾ ਕੋਈ ਵੀ ਪਿੰਡ ਚੁਣ ਲਓ, ਉਸ ਪਿੰਡ 'ਚ ਆਪਾਂ ਕੈਮਰਾ ਲਾ ਲਾਂਗੇ ਵੀ ਬਾਈ ਕਿੰਨੇ ਪਰਸੈਂਟ ਲੋਕ ਚਾਹੁੰਦੇ ਆ ਵੀ ਇਹ ਮਾਰੂ ਨਸ਼ਿਆਂ ਨੂੰ ਖਤਮ ਕਰੂਗੀ ਖਾਸ ਕਰ ਖੇਤੀ, ਅਤੇ 80% ਇਹਨਾਂ ਦਾ ਵੀ ਕੋਈ ਚੁਣਿਆ ਹੋਇਆ ਪਿੰਡ ਲਿਆ ਜਿੱਥੇ ਜਮ੍ਹਾਂ ਸੋਫੀ ਹੋਵੇ, ਉਹ 80% ਉਸ ਪਿੰਡ ਦੇ ਲੋਕ ਕਹਿਣਗੇ ਵੀ ਇਹ ਤਾਂ ਅੰਨਿਆਂ ਨੂੰ ਵੀ ਪਤਾ, ਇਹ ਤਾਂ ਪਾਗਲਾਂ ਨੂੰ ਵੀ ਪਤਾ ਵੀ ਜੇ ਐਡੇ ਮਾਰੂ ਨਸ਼ੇ ਦੀ ਅੱਗ ਪੰਜਾਬ 'ਚ ਲੱਗੀ ਹੋਈ ਹੈ ਤਾਂ ਇਹਨੂੰ ਕੁਦਰਤ ਦੀ ਦੇਣ ਖਸਖਸ ਦੀ ਖੇਤੀ ਖਤਮ ਕਰ ਸਕਦੀ ਹੈ, ਇਹ ਕਲੀਅਰ ਆ। 80% ਹੋਰ ਸਾਡੇ ਕੋਲ ਕਿਹੜਾ ਡਾਲਰ ਆਉਂਦੇ ਆ, ਸਾਨੂੰ ਕਿਹੜਾ ਕੋਈ ਲੋਕ ਇੱਥੇ ਵੀ ਮੈਂ ਕਹਿੰਦਾ ਸਟੇਜਾਂ 'ਤੇ ਬਿਖਾਉਂਦੇ ਜਾਂ ਕੋਈ ਸਾਨੂੰ ਸਨਮਾਨਿਤ ਕਰਦਾ, ਸਾਨੂੰ ਆਹ ਚਾਹ ਹੀ ਲਈ ਬੈਠਾ, ਜਿਹੜੇ ਪਿੰਡ ਜਾਂਦੇ ਮਾਵਾਂ ਸਿਰ ਪਲੋਸਦੀਆਂ, ਉਹ ਬਜ਼ੁਰਗ ਸਾਡੇ ਜਿਹੜੇ ਮੰਜਾਂ 'ਚ ਪਏ ਤੜਫਦੇ, ਜਿਹੜੇ 6-6 ਹਜ਼ਾਰ ਨੂੰ ਬਲੈਕੀਆਂ ਕੋਲ ਆਪਦੇ ਬੱਚਿਆਂ ਦੀਆਂ ਖੁਸ਼ੀਆਂ, ਟਿਊਸ਼ਨ ਦੇ ਪੈਸੇ, ਕੋਈ ਬਿਜਲੀ ਦਾ ਬਿੱਲ, ਉਹ ਬਲੈਕੀਆਂ ਨੂੰ ਭਰੀ ਜਾਂਦੇ, ਉਹ ਵਿਚਾਰੇ ਸਾਡੇ ਕੋਲ ਐਂ ਕੰਮ ਦੇ ਹੱਥਾਂ ਨਾਲ ਕਹਿੰਦੇ ਪੁੱਤ ਇਹ ਕਰਾ ਦੇਗਾ ਨਾ, ਅਤੇ ਅਸੀਂ ਵੀ ਬਾਜਾਂਗੇ, ਸਾਡੇ ਬੱਚੇ ਵੀ ਬਾਜਣਗੇ, ਉਹ ਦੁਆਵਾਂ ਅਤੇ ਉਹ ਹੌਸਲਾ ਸਾਨੂੰ ਟਿਕਣ ਦਿੰਦਾ, 8-9 ਸਾਲ ਤੋਂ ਲੱਗੇ ਹੋਏ ਆ ਔਰ ਕਰਾ ਕੇ ਹਟਾਂਗੇ ਅਸੀਂ ਇਹਨੂੰ, ਕਰਾ ਕੇ ਹਟਾਂਗੇ। ਬਿਲਕੁਲ, ਜਿਵੇਂ ਹੁਣ ਨਸ਼ੇ ਦੀ ਗੱਲ ਕਰਦੇ ਹਾਂ ਕਿ ਨਸ਼ਾ ਖਤਮ ਹੋ ਜੂ ਪੰਜਾਬ ਦੇ ਵਿੱਚੋਂ, ਇੱਕ ਨਸ਼ਾ ਖਤਮ ਕਰਕੇ
ਨਵਾਂ ਨਸ਼ਾ ਲਿਆਉਣਾ, ਇਹ ਵੀ ਕਿੱਡੀ ਕੁ ਸਿਆਣਪ ਹੈ, ਉਹ ਵੀ ਤਾਂ ਨਸ਼ਾ ਹੀ ਹੈ। ਬਹੁਤ ਸੋਹਣੀ ਗੱਲ ਹੈ ਜੀ, ਇਹ ਚੀਜ਼ ਨੂੰ ਨਾ ਅਕਸਰ ਹੀ ਲੋਕ ਨਸ਼ੇ ਤਾਂ ਨਸ਼ਾ ਹੀ ਕਹਿ ਦਿੰਦੇ ਆ, ਪਰ ਇਹ WHO ਵਰਲਡ ਹੈਲਥ ਔਰਗਨਾਈਜੇਸ਼ਨ ਜਿਹਨੂੰ ਬੋਲਦੇ ਆ ਨਾ, ਉਹ ਚੱਲਦੀ ਆ ਕਿਤੇ ਨਾ ਕਿਤੇ ਏਜੰਸੀਆਂ ਦੇ ਹੱਥਾਂ 'ਤੇ ਹੱਥ ਟੋਕਾ ਬਣ ਕੇ। ਉਸ ਉਹਨਾਂ ਨੇ ਵੇਖ ਲਿਆ ਵੀ ਇਹ ਲੋਕ ਆ ਭੋਲੇ, ਇਹਨਾਂ ਨੂੰ ਤੁਸੀਂ ਐਂ ਕਹਿ ਦਿਓ ਨਾ ਵੀ ਯਾਰ ਬਦਾਮ ਬਹੁਤ ਮਾਰੂ ਨਸ਼ਾ, ਅਤੇ ਅਸੀਂ ਫਿਰ ਵੀ ਕਹਾਂ ਯਾਰ ਸਰਕਾਰ ਨੇ ਬੈਨ ਕੀਤਾ, ਕੁਛ ਤਾਂ ਮਾੜਾ ਹੋਊਗਾ ਇਹਦੇ 'ਚ। ਸਾਡੇ ਲੋਕ ਜਿਵੇਂ ਕਹਿੰਦੇ ਭੇਡ ਚਾਲ ਬਾਹਲੀ ਹੈ, ਆਪਦੇ ਦਿਮਾਗ ਨਾਲ ਘੱਟ ਸੋਚਦੇ ਆ। WHO ਨੇ ਅੱਖਾਂ 'ਤੇ ਪਰਦਾ ਪਾਤਾ, ਰਾਜਸਥਾਨ ਨੂੰ ਕਹਿੰਦਾ, MP ਨੂੰ ਕਹਿੰਦਾ, ਉੱਤਰਾਖੰਡ ਨੂੰ ਕਹਿੰਦਾ, UP ਨੂੰ ਕਹਿੰਦੇ, ਕਹਿੰਦੇ ਬੜੀ ਸੋਹਣੀ ਫਸਲ ਆ, ਲੱਖਾਂ ਰੁਪਈਆ ਕਿਸਾਨ ਕਮਾਉਂਦਾ, ਅਫੀਮ ਬੀਜੋ। ਪੰਜਾਬ ਨੂੰ ਕਹਿੰਦਾ ਆ ਕੇ ਪੰਜਾਬੀ, ਉਹ WHO ਨੇ ਕਹਿਤਾ ਇਹ ਮਾਰੂ ਨਸ਼ਾ, ਇਹ ਪੰਜਾਬ 'ਚੋਂ ਬੈਨ ਕਰ ਦਿਓ, ਜੇ ਕਿਸੇ ਨੇ ਇੱਕ ਡੱਕਾ ਵੀ ਲਾ ਲਿਆ ਤਾਂ ਉੱਥੇ ਤੁਰਨਾ ਜਿੱਥੋਂ ਘੜਾਊਗਣਾ। ਅਸੀਂ ਕਿਹਾ ਯਾਰ ਵਾਕਿਆ ਜੇ WHO ਨੇ ਕਿਹਾ ਜਾਂ ਸਰਕਾਰ ਨੇ ਹਾਮੀ ਭਰੀ ਤਾਂ ਵਾਕਿਆ ਫੀਮ ਮਾੜੀ ਹੋਣੀ ਹੈ। ਨਸ਼ਾ ਤਾਂ ਨਸ਼ਾ ਹੀ ਹੈ, ਫਿਰ ਨਸ਼ਾ ਹੈ ਕਾਹਦਾ? ਇੱਥੇ ਤੁਸੀਂ ਆਪਾਂ ਦੋਵੇਂ ਖੜ੍ਹੇ ਹਾਂ, ਲੈ ਬਾਈ ਨੂੰ ਕਹਿ ਹੁਣ ਮੈਨੂੰ ਪੋਸਟ ਜਾਂ ਤੁਹਾਨੂੰ ਫੀਮ ਖਵਾ ਦੇ। 2 ਘੰਟੇ ਬਾਅਦ ਕੋਈ ਵੀ ਬੰਦਾ ਆ ਕੇ ਗੈਸ ਕਰ ਜੇ ਵੀ ਕਿਹਨੇ ਫੀਮ ਖਾਧੀ ਹੈ, ਅਤੇ ਜਾਂ ਕਿਹੜਾ ਸੋਫੀ ਖੜਾ, ਅਤੇ ਮੈਂ ਲੱਥ ਲਓ ਟੱਪ ਜੂੰ। ਅਸੀਂ 30-30 ਸਾਲ ਹੋ ਗਏ ਯਾਰ, ਕਦੇ ਕੋਈ ਵਿਆਹ ਸ਼ਾਦੀ ਹਰੇਕ ਥਾਂ 'ਤੇ ਅਸੀਂ ਆਪ ਖਾਂਦੇ ਆਏ ਹਾਂ, ਕਿਸੇ ਨੂੰ ਤਾਂ ਕੀ ਕਹੀਏ। 30-30 ਸਾਲ ਤੀਕਰ ਜਿਹੜਾ ਬੰਦਾ ਖਾਂਦਾ, 50-50 ਸਾਲ ਤੀਕਰ ਖਾਂਦਾ, ਨਾ ਉਹ ਸਰੀਰ ਦੇ ਪੱਖੋਂ ਡਾਊਨ ਹੋਵੇ, ਨਾ ਉਹਦੀ ਸੋਚ ਗਲਤ ਹੋਵੇ, ਅਤੇ ਨਾ ਹੀ ਉਹ ਕਿਸੇ ਨਾਲ ਲੜੇ। ਇਹਨੂੰ ਨਸ਼ਾ ਮੈਂ ਤਾਂ ਕਹਿੰਦਾ ਵੀ 1 ਕਰੋੜ ਦਾ ਨਾਮ ਰੱਖਿਆ ਮੇਰੀ ਜਥੇਬੰਦੀ ਵੱਲੋਂ, 1 ਕਰੋੜ ਰੁਪਇਆ ਦੇਵਾਂਗੇ, ਇਹਦਾ ਕੋਈ ਸਾਬਤ ਕਰੇ ਵੀ ਇਹਦਾ ਨੁਕਸਾਨ ਹੈ। ਕੋਈ ਡਰਾਈਵਰੀ ਗਲਤ ਨਹੀਂ ਕਰਦਾ, ਕੋਈ ਪਾਠ ਨਹੀਂ ਗਲਤ ਬੋਲਦਾ, ਕੋਈ ਵਿਧਾਨ ਸਭਾ 'ਚ ਜਿਹੜਾ ਲੀਡਰ ਬੋਲਦਾ ਸਭ ਦੀ ਫੀਮ ਖਾਧੀ ਹੁੰਦੀ ਹੈ, ਕੋਈ ਉੱਥੇ ਨਹੀਂ ਗਲਤ ਬੋਲਦਾ, ਕੋਈ ਲੋਕ ਸਭਾ 'ਚ ਗਲਤ ਨਹੀਂ ਬੋਲਦਾ, ਰਾਜ ਸਭਾ ਤੱਕ ਬਾਗੀਆਂ ਪਾਉਂਦੇ ਲੀਡਰ ਜਾ ਕੇ ਅਫੀਮ ਖਾਧੀ ਹੁੰਦੀ ਹੈ। ਪਰ ਲੋਕਾਂ ਨੂੰ ਬਾਹਰ ਕਹਿਣਗੇ ਨਸ਼ਾ ਹੈ, ਉਹ ਨਸ਼ਾ ਤਾਂ ਹੋਵੇ ਨਾ, ਦਿਮਾਗ ਅਪਸੈਟ ਹੋਵੇ, ਬੰਦਾ ਡਿੱਗਣ ਲੱਗ ਜੇ, ਜਿਵੇਂ ਸ਼ਰਾਬ ਨਾਲ ਹੋ ਜਾਂਦਾ, ਸ਼ਰਾਬ ਇੰਨੀ ਮਾੜੀ ਹੈ, ਘਰ ਫੋਕਦੀ ਹੈ, ਤਲਾਕ ਹੁੰਦੇ ਆ, ਉਲਟੀਆਂ ਕਰਦੇ, ਲੋਕ ਐਕਸੀਡੈਂਟ ਕਰਦੇ, ਫਿਰ ਵੀ ਸਾਡੀ ਸਰਕਾਰ ਕਹੂਗੀ 6,400 ਕਰੋੜ ਰੁਪਇਆ ਕਮਾਉਣੇ ਆ, ਇਹ ਅਸੀਂ ਬੰਦ ਨਹੀਂ ਹੋਣ ਦੇਣੀ। ਅਤੇ ਜਿਹੜੀ ਫੀਮ ਨਾਲ, ਜਿਹੜੀ ਪੋਸਟ ਨਾਲ ਕੋਈ ਡਰਾਈਵਰੀ ਨਹੀਂ ਗਲਤ ਕਰਦਾ, ਕੋਈ ਵਿਧਾਨ ਸਭਾ 'ਚ ਗਲਤ ਨਹੀਂ ਬੋਲਦਾ, ਇਹਨੂੰ ਅਸੀਂ ਨਸ਼ਾ ਕਹਿੰਦੇ ਕਿਉਂ? ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸਿਰਫ ਇਹ ਚਾਲ ਆ WHO ਨੇ ਸਾਨੂੰ ਮੂਰਖ ਬਣਾਤਾ, ਅਸੀਂ ਉਵੇਂ ਹੀ ਮੰਨ ਲਿਆ। ਨਸ਼ਾ ਹੁੰਦਾ ਦਿਮਾਗ ਨੂੰ ਅਪਸੈਟ ਕਰਨ ਵਾਲਾ, ਇਹ ਦਿਮਾਗ ਨੂੰ ਪ੍ਰਭਾਵਿਤ ਨਹੀਂ ਕਰਦੀ, ਦਿਮਾਗ ਨੂੰ ਸਗੋਂ ਸੰਤੁਲਿਤ ਕਰਦੀ ਹੈ, ਸਰੀਰ ਨੂੰ ਤਾਕਤ ਦਿੰਦੀ, ਫਿਰ ਨਸ਼ਾ ਕਿਵੇਂ ਜੀ? ਇਹੀ ਗੱਲ ਤਾਂ ਸਾਡਾ ਜ਼ੋਰ ਲੱਗਿਆ ਹੋਇਆ ਵੀ ਨਸ਼ਾ ਇਹਨੂੰ ਨਹੀਂ ਕਹਿਣਾ, ਔਰ ਨਾ ਹੀ ਨਸ਼ਾ ਹੈਗਾ, ਇਹ ਕੁਦਰਤ ਦਾ ਵਰਦਾਨ ਹੈ, ਜੜੀ ਬੂਟੀ ਹੈ ਜੀ, ਜੜੀ ਬੂਟੀ ਹੈ। ਪਰ ਤੁਸੀਂ ਇਹ ਮੰਗ ਕਿਉਂ ਨਹੀਂ ਕਰਦੇ ਕਿ ਨਸ਼ਾ ਹਰ ਤਰ੍ਹਾਂ ਦਾ ਹੀ ਬੰਦ ਕਰ ਦਿੱਤਾ ਜਾਵੇ? ਜੇ ਨਸ਼ਾ ਇਹਨੂੰ ਮਕਾਉਣਾ ਹੀ ਮਤਲਬ ਆਪਣਾ ਉਹ ਹੈ, ਆਪਾਂ ਚਾਹੁੰਦੇ ਹਾਂ ਵੀ ਨਸ਼ਾ ਮਕਾ ਦਈਏ, ਫਿਰ ਚਿੱਟਾ ਵੀ ਮਕਾਓ, ਫਿਰ ਫੀਮ ਵੀ, ਸਾਰਾ ਕੁਝ ਕਿਉਂ ਨਹੀਂ ਮਕਾਉਣਾ ਚਾਹੁੰਦੇ ਤੁਸੀਂ? ਆਹੀ ਤਾਂ ਸਵਾਦ ਆਉਂਦਾ ਯਾਰ। ਮੈਂ ਨਾ ਅਸੀਂ ਕਿਉਂ ਇੰਨੀ ਲੇਟ ਬੋਲੇ, 20 ਸਾਲ ਅੱਗ ਲੱਗੀ ਗਈ ਪੰਜਾਬ 'ਚ, ਔਰ ਰੋਜ਼ਾਨਾ 10 ਤੋਂ 15 ਮੁੰਡੇ ਮਰੇ ਆ ਮੇਰੇ ਹੱਥਾਂ 'ਚ। ਅੱਜ ਵੀ ਸਾਡੀਆਂ ਧੀਆਂ ਭੈਣਾਂ ਉਹ ਰੰਡੀਆਂ ਵਿਧਵਾਵਾਂ, ਆਹ ਸਾਡੇ ਸਾਹਮਣੇ ਇੱਥੇ ਮੇਰੇ ਕੋਲ ਘਰ ਬਣਿਆ, ਇੱਥੇ ਮੇਰੇ ਇੱਕ ਯਾਰ ਦੋਸਤ ਦੀ ਵਾਈਫ, ਉਹਦੇ ਕੋਲ 1 ਸਾਲ ਦਾ ਬੱਚਾ, ਉਹਦਾ ਘਰ ਵਾਲਾ ਚਿੱਟਾ ਲਾ ਕੇ ਮਰਿਆ, ਮੈਂ ਆਪਾਂ ਇੱਥੇ ਵਿਚਾਰਿਆਂ ਨੂੰ ਰਹਿਣ ਵਾਸਤੇ ਸਹਾਰਾ ਦਿੱਤਾ। ਚਲੋ ਮੈਂ ਆਪਦੀ ਗੱਲ ਨਹੀਂ ਕਰਦਾ, ਲੱਖਾਂ ਲੋਕ ਹੋਣਗੇ ਜਿਹੜੇ ਅੱਜ ਬੇਸਹਾਰਾ ਹੋ ਗਏ। ਜਦੋਂ ਤੜਫ ਵੇਖੀ ਨਾ, ਦਰਦ ਵੇਖਿਆ ਵੀ ਨੌਜਵਾਨ ਪੁੱਤ ਮਹਿਰਾਜ, ਕੈਪਟਨ ਦਾ ਪਿੰਡ ਹੈ ਮਹਿਰਾਜ ਵਾਲਾ, ਇੱਥੇ ਉਹਦੇ ਪਿੰਡ 'ਚ ਜਿਸ ਦਿਨ 3 ਨੌਜਵਾਨ ਪੁੱਤ ਸੀ, 1 ਪੁੱਤ ਦਾ ਭੋਗ ਸੀ, ਦੂਜਾ ਪੁੱਤ ਉਸੇ ਦਿਨ ਟੀਕਾ ਲਾ ਕੇ ਮਰਦਾ ਪਿਆ। ਇੱਥੇ ਤਰਨ ਤਰਨ ਟੱਪ ਜਾਓ, ਘਰਾਂ ਦੇ ਘਰ ਸੁੰਨੇ ਹੋ ਗਏ, ਪਿੰਡਾਂ ਦੇ ਪਿੰਡ ਸੁੰਨੇ ਹੋ ਗਏ, ਜਿੱਥੇ ਬਰਾਤਾਂ ਨਹੀਂ ਚੜ੍ਹ ਸਕਦੀਆਂ ਇਸੇ ਚਿੱਟੇ ਦੀ ਵਜ੍ਹਾ ਨਾਲ। ਇਹ ਪਹਿਲਾਂ ਬਹੁਤ ਸਿਆਣਪਾਂ ਘੋਲੀਆਂ ਇੱਥੇ, ਜਿਹੜੇ ਨਜਾਇਜ਼ ਬੁੱਧੀਜੀਵੀ ਬਣਦੇ ਆ, ਜਾਂ ਤੁਹਾਡੇ ਆਹ ਸਾਈਕੋਲੋਜੀਕਲ ਬਣਦੇ ਆ, ਬੜੀਆਂ ਟ੍ਰੇਨਿੰਗਾਂ ਦਿੱਤੀਆਂ, ਨਸ਼ੇ ਮਾੜੇ ਹੁੰਦੇ ਆ, ਬੜੇ ਸਰਕਾਰ ਨੇ ਵੀ ਡਰਾਮਾ ਕੀਤਾ, ਕੋਈ ਇੱਥੇ ਜਥੇਬੰਦੀਆਂ ਵਾਲੇ ਵੀ ਆ ਗਏ, ਕਾਲਾ ਡੇ ਬਣਾਓ ਜੀ, ਬਲੈਕ ਡੇ ਬਣਾਓ, ਆਪਦੀਆਂ ਲੀਡਰਾਂ ਚਮਕਾ ਲਈਆਂ, ਉਹ ਕਰਦੇ ਆ ਡਰਾਮਾ, ਉਹ ਕਰਦੇ ਆ ਸਿਰਫ ਜਿਵੇਂ ਕਹਿੰਦੇ ਹਵਾਈ ਗੱਲਾਂ ਸਿਆਣਪ ਨਾਲ। ਉਹ ਚਿੱਟਾ ਅਤੇ ਟੀਕਾ ਖਤਮ ਨਹੀਂ ਕਰ ਸਕੇ, ਬੁਪਨ ਦੀਆਂ ਗੋਲੀਆਂ ਦਿਨੋਂ ਦਿਨ ਵੱਧਦੀਆਂ ਗਈਆਂ, ਫਿਰ ਅਸੀਂ ਸੋਚਿਆ ਵੀ ਜੱਗਿਆ ਸਾਨੂੰ ਤਾਂ ਬਦਨਾਮੀ ਝੱਲਣੀ ਪੈਣੀ ਹੈ। ਇਹਨਾਂ ਜੇ ਤਾਂ ਇਹਨਾਂ ਪਾਗਲਾਂ ਦੇ ਮਗਰ ਲੱਗੇ ਰਹੇ ਵੀ ਇਹ ਬੁੱਧੀਜੀਵੀ ਹੁੰਦੇ ਆ, ਇਹ ਕਾਉਂਸਲਿੰਗ ਕਰਕੇ ਸਮਝਾ ਲੈਣਗੇ, ਤਾਂ ਅੱਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਫਿਰ ਸੋਚਿਆ ਵੀ ਲੋਹੇ ਨੂੰ ਲੋਹੇ ਨੇ ਕੱਟਣਾ ਅਤੇ ਜ਼ਹਿਰ ਨੂੰ ਜ਼ਹਿਰ ਨੇ ਮਾਰਨਾ। ਇੱਕ ਜ਼ਹਿਰ ਹੁੰਦੀ ਹੈ ਜਿਹਦੇ ਤੋਂ ਸੱਪ ਦੀ ਦਵਾਈ ਤਿਆਰ ਹੁੰਦੀ ਹੈ, ਇੱਕ ਜ਼ਹਿਰ ਹੁੰਦਾ ਜਿਹਨਾਂ ਬੰਦਾ ਮਰਦਾ। ਅਸੀਂ ਦੋਵਾਂ ਨੂੰ ਜ਼ਹਿਰ ਦਾ ਨਾਂ ਤਾਂ ਦੇ ਦਿੰਦੇ, ਪਰ ਇੱਕ ਜ਼ਹਿਰ ਜੇ ਤੁਹਾਡੇ ਜ਼ਖਮਾਂ 'ਤੇ ਜੇ ਤੁਹਾਨੂੰ ਮਰਨੋਂ ਬਚਾਉਂਦੀ ਹੈ ਤਾਂ ਉਹਨੂੰ ਜ਼ਹਿਰ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਜਿਹੜੇ ਤਾਂ ਸਿਆਣੇ ਲੋਕ ਹੈ,
ਉਹ ਤਾਂ ਅੱਜ ਸਾਡੇ ਹੱਕ 'ਚ ਹੋ ਗਏ ਆ, ਅਤੇ ਪਰ ਜਿਹੜੇ ਅੱਜ ਵੀ ਆਪਦੇ ਆਪ ਨੂੰ ਬੁੱਧੀਜੀਵੀ ਸਮਝਦੇ ਆ ਜਾਂ ਚਿੱਟੇ ਵਾਲਿਆਂ ਦੇ ਸਾਲੇ ਆ, ਚਲੋ ਮੈਂ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਨੂੰ, ਜਾਂ ਚਿੱਟੇ ਵਾਲੇ ਦੇ ਉਹ ਸਕੇ ਆ ਨਾ, ਉਹ ਸਾਡਾ ਵਿਰੋਧ ਕਰਨਗੇ, ਪੰਜਾਬੀ ਕੋਈ ਪੰਜਾਬ ਨੂੰ ਬਚਾਉਣ ਵਾਲਾ ਅੱਜ ਫੀਮ ਦੀ ਖੇਤੀ ਦਾ ਵਿਰੋਧ ਨਹੀਂ ਕਰੂਗਾ, ਯਾਦ ਰੱਖਿਓ ਇਸ ਗੱਲ ਨੂੰ। ਵਿਰੋਧ ਸਿਰਫ ਉਹੀ ਕਰੂਗਾ ਜਿਹੜਾ ਸਾਡੇ ਵਿਰੁੱਧ ਚੱਲਦਾ ਹੋਇਆ ਚਿੱਟੇ ਵਾਲਿਆਂ ਦਾ ਸਕਾ ਹੋਇਆ। ਮੈਂ ਵਾਰ ਵਾਰ ਇਹੀ ਗੱਲ ਕਹਿੰਦਾ ਵੀ ਦੋਸਤੋ ਤੁਹਾਡਾ ਧੰਨਵਾਦ ਕਰਦਾ, ਕਿਉਂਕਿ ਚੈਨਲਾਂ ਨੂੰ ਸਾਡੇ ਤੋਂ ਬਹੁਤ ਦੂਰ ਰੱਖਿਆ ਜਾਂਦਾ ਸੀ। ਮੈਂ ਪੂਰੇ ਪੰਜਾਬ 'ਚ ਰੈਲੀਆਂ ਰੋਡ ਸ਼ੋਅ ਕਰਦੀਆਂ, ਮੈਨੂੰ ਕਦੇ ਕਵਰੇਜ ਨਹੀਂ ਮਿਲੀ ਸੀ, ਕਿਉਂ ਨਹੀਂ ਮਿਲੀ ਸੀ ਪਤਾ ਨਹੀਂ, ਕਿਹੜਾ ਲੀਡਰ ਡਰਾਉਂਦਾ ਸੀ, ਕਿਹੜਾ ਚਿੱਟਾ ਡਰਾਉਂਦਾ ਸੀ। ਅੱਜ ਤੁਹਾਡੇ ਵਰਗੇ ਭਰਾਵਾਂ ਦਾ ਧੰਨਵਾਦ ਕਰਦਾ, ਤੁਸੀਂ ਆਵਾਜ਼ ਚੱਕੀ ਹੈ, ਵਿਧਾਨ ਸਭਾ 'ਚ ਵੀ ਗੂੰਜਿਆ ਮੁੱਦਾ, ਲੋਕ ਸਭਾ 'ਚ ਵੀ ਗੂੰਜਿਆ, ਅਤੇ ਪਰ ਹੁਣ ਅਸੀਂ ਇਹਨੂੰ ਹੱਲ ਕਰਕੇ ਵਿਖਾਵਾਂਗੇ, ਕਿਉਂਕਿ 80% ਲੋਕ ਮੰਨਦੇ ਆ ਵੀ ਇਹ ਨਸ਼ਾ ਨਹੀਂ। ਲੋਕਤੰਤਰ ਹੈ ਨਾ ਪੰਜਾਬ 'ਚ, ਇੰਡੀਆ 'ਚ ਲੋਕਤੰਤਰ ਚੱਲਦਾ, ਲੋਕਾਂ ਦੁਆਰਾ, ਲੋਕਾਂ ਲਈ, ਲੋਕਾਂ ਵਾਸਤੇ ਹੁੰਦਾ, ਅਤੇ ਜੇ ਲੋਕ ਹੀ ਚਾਹੁੰਦੇ ਆ ਤਾਂ ਫਿਰ ਡਰ ਕਾਹਦਾ ਯਾਰ। 80% ਲੋਕਾਂ ਤੋਂ ਤੁਸੀਂ ਵਾਈਟ ਪੇਪਰ ਬਿੱਲ ਲਿਆਓ ਵਿਧਾਨ ਸਭਾ ਦੇ ਵਿੱਚ, ਕੋਈ ਕਾਲ ਕਰਕੇ ਵੇਖੇ ਸੀ ਐਮ ਜੇ 80% ਲੋਕ ਇਹਦੇ ਹੱਕ 'ਚ ਨਾ ਹੋਏ, ਲੈ ਤੁਸੀਂ 20% ਵਿਰੋਧ ਕਰ ਜਾਣ, 30% ਵਿਰੋਧ ਕਰ ਜਾਣ, ਅਸੀਂ ਤਾਂ ਵੀ ਮੰਗ ਛੱਡੀ ਯਾਰ, ਫਿਰ ਤਾਂ ਸੋਚਣ ਵਾਲੀ ਗੱਲ ਹੈ ਨਾ ਬਾਈ। ਜਿਵੇਂ ਤੁਸੀਂ 1 ਕਰੋੜ ਰੁਪਏ ਦਾ ਨਾਮ ਰੱਖਿਆ ਹੋਇਆ ਕਿ ਕੋਈ ਨੁਕਸਾਨ ਦੱਸੋ, ਫੀਮ ਭੁੱਕੀ ਦਾ 1 ਕਰੋੜ ਰੁਪਏ ਦੇਵਾਂਗੇ, ਅੱਜ ਤੱਕ ਕੋਈ ਆਇਆ ਤੁਹਾਡੇ ਕੋਲੇ ਨੁਕਸਾਨ ਦੱਸਣ ਜਾਂ ਜਿੱਤੇ ਕਿਸੇ ਨੇ 1 ਕਰੋੜ ਰੁਪਏ? ਦੇਖੋ ਮੇਰੇ ਵਰਗੇ ਬੰਦੇ ਨੂੰ ਨਾ, ਜੇ ਅਗਲਾ ਕਹਿ ਦੇਣਾ ਵੀ 10,000 ਵੀ ਮਿਲਦਾ, ਅਤੇ ਜੇ ਇਹਦਾ ਕੋਈ ਚੀਜ਼ ਦਾ ਮੈਨੂੰ ਹੱਲ ਪਤਾ ਹੋਵੇ ਤਾਂ ਮੈਂ ਸਵੇਰੇ ਜਾ ਕੇ ਘੇਰ ਲਾਂ ਵੀ ਤੂੰ ਬਾਈ ਓਪਨ ਬੋਲਿਆ ਕੈਮਰਿਆਂ 'ਤੇ, ਲੈ ਕੱਢ 1 ਕਰੋੜ ਰੁਪਈਆ, ਕੱਢ 10,000 ਰੁਪਈਆ। 10,000 ਤੱਕ ਤਾਂ ਅਸੀਂ ਲੈਣ ਜਾ ਸਕਦੇ ਹਾਂ, ਮੈਨੂੰ ਅੱਜ 5 ਸਾਲ ਤੋਂ ਵੱਧ ਹੋ ਗਿਆ ਇਸ ਚੈਲੰਜ ਨੂੰ ਵਟਸਐਪ 'ਤੇ, ਯੂਟਿਊਬ 'ਤੇ, ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ ਕੀਤੇ ਨੂੰ ਵੀ 1 ਵੀ ਨੁਕਸਾਨ ਦੱਸੋ ਅਤੇ 1 ਕਰੋੜ ਰੁਪਈਆ ਲੈ ਕੇ ਜਾਓ। ਹਜੇ ਤੱਕ ਸਾਨੂੰ ਕੋਈ ਵਿਰੋਧ ਕਰਨ, ਸਾਨੂੰ ਕੋਈ ਢਾਉਣ ਨਹੀਂ ਆਇਆ, ਕਿਉਂ ਨਹੀਂ ਆਇਆ? ਉਹਨੂੰ ਪਤਾ ਵੀ ਲੋਕ ਜਲੂਸ ਕੱਢ ਦੇਣਗੇ, ਸਾਡੇ ਤਾਂ ਕੋਈ ਉਲਟ ਕਮੈਂਟ ਕਰਦੇ ਨਾ ਤਾਂ ਲੋਕ ਕਹਿੰਦੇ ਯਾਰ ਤੈਨੂੰ ਫਿਰ ਪਿੰਡਾਂ 'ਚ ਵੜੀ ਕਿਸੇ ਲੀਡਰ ਨੂੰ ਪਤਾ ਲੱਗ ਜਾਂਦਾ ਜਿਹੜਾ ਕੋਈ ਵਿਰੋਧ ਕਰਦਾ। ਮੈਂ ਤਾਂ ਖੁੱਡੀਆਂ ਸਾਹਿਬ ਨੂੰ ਕਹਿੰਦਾ ਤੁਸੀਂ ਇਹਦੇ ਹੱਕ 'ਚ ਬੋਲੋ, ਤੁਹਾਡੀ ਪੂਜਾ ਕਰਨਗੇ ਲੋਕ, ਜਿਹੜਾ ਤੁਹਾਡਾ ਕੋਈ ਵਿਰੋਧ ਕਰ ਗਿਆ, ਚਾਹੇ ਉਹ ਅਕਾਲੀ ਹੈ, ਚਾਹੇ ਕਾਂਗਰਸ, ਚਾਹੇ BJP ਵਾਲਾ, ਉਹਨੂੰ ਪਿੰਡਾਂ 'ਚ ਵੜਨਾ ਬੈਨ ਕਰਾਂਗੇ। ਅਸੀਂ ਹੁਣ ਲੋਕ ਇੰਨੇ ਕੱਕੇ ਪਏ ਹਾਂ ਵੀ ਸਾਡੇ ਤਾਂ ਬੱਚੇ ਮਰਦੇ ਹੁਣ। ਮੈਂ ਤਾਂ ਇਹਦੇ 'ਤੇ ਖੁੱਲ੍ਹ ਕੇ ਨਾਮ ਰੱਖਿਆ ਵੀ ਸਾਡੇ ਜੱਜ ਜਿਹੜੀ ਜਿਊਰੀ ਆ ਉਹਨਾਂ ਨੂੰ ਵੀ ਨਾ ਕਈ ਵਾਰੀ, ਮੈਂ ਚਲੋ ਮਾਣਯੋਗ ਸ਼ਬਦ ਲਾਉਣਾ ਪੈਂਦਾ, ਪਰ ਉਹ ਸਮਝ ਤੋਂ ਕੰਮ ਨਹੀਂ ਲੈਂਦੇ ਜੋ ਇੰਗਲੈਂਡ ਦੇ NDPS ਨੇ ਜਾਂ ਇੰਗਲੈਂਡ ਦੇ ਕਾਨੂੰਨਾਂ ਨੇ ਲਿਖਤਾ। ਜਿਵੇਂ ਕਹਿੰਦੇ ਵੀ ਇਸ ਥਾਂ ਦੇ ਡਰਾਈ ਏਰੀਆ ਸ਼ਰਾਬ ਪਾਪ ਹੈ, ਦੂਜੇ ਥਾਂ ਦੇ ਉਹੀ ਦੇਸ਼ ਕਹਿੰਦਾ ਵੀ ਸ਼ਰਾਬ ਚੰਗੀ ਹੈ, ਚਲੋ ਸਰਕਾਰ ਵੇਚੂਗੀ। ਇਹ ਤਾਂ ਜੋ ਇੰਗਲੈਂਡ ਨੇ ਲਿਖਤਾ ਉਵੇਂ ਹੀ ਇਹ ਫੈਸਲਾ ਸੁਣਾਉਂਦੇ, ਇਨਸਾਫ ਨਹੀਂ ਕਰਦੇ। ਮੈਂ ਜੱਜ ਨੂੰ ਜਾਂ ਜਿਊਰੀ ਨੂੰ ਜਾਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ, 1 ਕਰੋੜ ਦਾ ਨਾਮ ਮੈਨੂੰ ਕੋਈ ਸ਼ੌਂਕ ਨਹੀਂ ਪੈਸੇ ਵੰਡਣ ਦਾ, ਨਾ ਹੀ ਸਾਡੇ ਕੋਲ ਕੋਈ ਇੰਨਾ ਪੈਸਾ। ਅਸੀਂ ਉਹ 1 ਕਰੋੜ ਦਾ ਨਾਮ ਤੁਹਾਡੇ ਚੈਨਲਾਂ ਦਾ ਧਿਆਨ ਸਾਡੇ 'ਤੇ ਆਵੇ, ਤੁਹਾਡੇ ਲੀਡਰਾਂ ਦਾ, ਤੁਹਾਡੇ ਜੱਜਾਂ ਦਾ ਧਿਆਨ ਸਾਡੇ 'ਤੇ ਆਵੇ, ਤਾਂ ਰੱਖਿਆ 1 ਵੀ ਨੁਕਸਾਨ ਦੱਸ ਦਿਓ। ਅਸੀਂ ਚਾਹੇ ਘਰ ਵੇਚੀਏ ਚਾਹੇ ਆਪ ਵੇਖੀਏ, 1 ਕਰੋੜ ਰੁਪਈਆ ਦੇਵਾਂਗੇ, ਇਹਦਾ ਨੁਕਸਾਨ ਦੱਸ ਦਿਓ ਵੀ ਵਾਕਿਆ ਇਹਦੇ ਨਾਲ ਕੋਈ ਫਲਾਣੇ ਥਾਂ 'ਤੇ ਐਕਸੀਡੈਂਟ ਹੋਇਆ ਸੀ, ਕਿਸੇ ਦਾ ਕੋਈ ਘਰ ਉਜੜਿਆ ਸੀ, ਕੋਈ ਬੰਦਾ ਮਰਿਆ ਸੀ, ਕਿਸੇ ਨੂੰ ਅਟੈਕ ਹੋਇਆ ਸੀ। ਅਟੈਕ ਹੁੰਦਾ ਕੈਨੇਡਾ ਦੇ ਵਿੱਚ, ਫੈਂਟਾਨਿਲ ਪਾ ਪਾ ਕੇ ਫੀਮ ਦਿੱਤੀ ਜਾਂਦੀ ਹੈ, ਮਾਰੂ ਨਸ਼ੇ ਸਿੰਥੈਟਿਕ ਪਾ ਕੇ ਫੀਮ ਦਿੱਤੀ ਜਾਂਦੀ, ਤਾਂ ਅਟੈਕ ਹੁੰਦਾ, ਨਹੀਂ ਤਾਂ ਫੀਮ ਤਾਂ ਅਟੈਕ ਤੋਂ ਬਚਾਉਂਦੀ ਹੈ, ਬਿਮਾਰੀਆਂ ਤੋਂ ਬਚਾਉਂਦੀ ਹੈ, ਦਿਮਾਗ ਨੂੰ ਅਪਸੈਟ ਨਹੀਂ ਕਰਦੀ। ਇਸ ਕਰਕੇ ਕਲੀਅਰ ਕਰਦੇ ਹਾਂ ਵੀ ਕਈਆਂ ਕੋਈਆਂ ਗੱਲਾਂ 'ਚ ਆ ਕੇ ਨਸ਼ਾ ਇਹਨਾਂ ਨੂੰ, ਕਿਉਂ ਸਾਡੇ ਕੋਲ ਆ ਜਾਂਦੇ ਕਈ ਬੰਦੇ ਵੀ ਯਾਰ ਇਹਨਾਂ ਦਾ ਘਰ ਵਿਕਾਤੇ। ਮੈਂ ਘਰ ਵਿਕਾਇਆ ਬਲੈਕੀਆਂ ਨੇ, ਜਿਹਨੇ 2 ਲੱਖ ਦਾ ਰੇਟ ਕਰਤਾ, ਵੈਸੇ ਤਾਂ 3,000 ਨੂੰ ਕਿਲੋ ਫੀਮ ਹੈ, ਉਹ ਕਹਿੰਦੇ 25,000 ਤੇ। ਮੈਂ ਹੋਰ ਬਈ ਇਹ ਫਸਲ ਹੈ, ਇਹ ਕੋਈ ਬਹੁਤ ਮਹਿੰਗਾ ਨਸ਼ਾ ਨਹੀਂ। ਮਹਿੰਗਾ ਨਸ਼ਾ ਤਾਂ ਅੱਜ ਸਰਕਾਰਾਂ ਦੇ ਕਰਿੰਦਿਆਂ ਨੇ ਬਲੈਕ ਕਰ ਕਰਕੇ ਬਣਾਤਾ। ਤੁਸੀਂ ਮੈਂ ਤਾਂ ਕਹਿੰਦਾ ਵੀ ਘਰ ਨਹੀਂ ਵਿਕਾਉਂਦੀ, ਫਿਰ ਉਹ ਲੋਕ ਸਾਡੇ ਹੱਕ 'ਚ ਹੋ ਜਾਂਦੇ ਵੀ 25,000 ਦਾ ਤਾਂ ਘਰ ਵੀ ਨਹੀਂ ਵਿਕਾਏ, ਇਹਨੇ ਤਾਂ ਕੋਈ ਐਕਸੀਡੈਂਟ ਨਹੀਂ ਕਰਾਇਆ, ਇਹਨੂੰ ਖਾ ਕੇ ਸੁਖਬੀਰ ਵਰਗੇ ਇੱਥੇ ਵਾਘੀਆਂ ਪਾਈ ਜਾਂਦੇ। 2 ਵਾਰੀ CM ਰਹਿ ਗਿਆ ਬਾਪੂ ਉਹਨਾਂ ਦਾ, ਉਹ ਵੀ ਸਾਰੀ ਉਮਰ ਉਹਨਾਂ ਨੇ ਆਪਦਾ ਸੇਵਨ ਕੀਤਾ। ਮੇਰੇ ਨਾਲ ਖੁਦ ਰਹੇ ਆ ਜਿਹੜੇ ਵੱਡੇ ਲੀਡਰ ਹੈ, ਸੁਬਾਹ ਜਿਵੇਂ ਸਾਡਾ ਗਾਂਧੀ ਸਾਹਿਬ ਕਹਿੰਦੇ ਨਾ ਵੀ ਸਾਰੇ ਆਹ ਡਲਾ ਖਾਂਦੇ ਫੀਮ ਦਾ, ਪਰ ਉਹੀ ਬਾਹਰ ਆ ਕਹਿਣਗੇ ਯਾਰ ਨਸ਼ਾ ਹੈ। ਅਤੇ ਜਦੋਂ ਆਪ ਸਾਰੀ ਉਮਰ ਖਾ ਸਕਦੇ ਹੈ, ਡਾਕਟਰਾਂ ਨੂੰ ਤੁਸੀਂ ਪੁੱਛ ਕੇ ਵੇਖਿਓ, ਡਾਕਟਰ ਕਹਿਣਗੇ ਮੰਤਰੀਆਂ ਨੂੰ ਵੀ ਤੁਸੀਂ ਘਪਲੇ ਕਰਨੇ ਹੁੰਦੇ, ਤੁਸੀਂ 2 ਵਾਧਾ ਘਾਟਾ ਕਰਨਾ ਹੁੰਦਾ, ਤੁਹਾਡਾ ਦਿਮਾਗ
ਜਾਗ ਡਿਪਰੈਸ਼ਨ 'ਚ ਜਾ ਸਕਦਾ, ਤੁਹਾਨੂੰ ਨੀਂਦ ਨਹੀਂ ਆਉਣੀ ਕਿਉਂਕਿ ਠੱਗੀਆਂ ਧੋਖੇ ਕੀਤੇ ਹੁੰਦੇ ਇਹਨਾਂ ਲੋਕਾਂ ਨਾਲ, ਉਹ ਡਰਾਉਂਦੇ ਆ, ਉਹ ਕਹਿੰਦੇ ਫਿਰ ਤੁਹਾਨੂੰ ਨੀਂਦ ਲੈਣ ਵਾਸਤੇ, ਆਰਾਮ ਕਰਨ ਵਾਸਤੇ, ਡਿਪਰੈਸ਼ਨ ਤੋਂ ਬਚਣ ਵਾਸਤੇ ਇੱਕ ਤੁਹਾਨੂੰ ਉਹੋ ਜਿਹੀ ਦਵਾਈ ਦੀ ਲੋੜ ਆ ਜਿਹੜੀ ਤੁਹਾਨੂੰ ਨੀਂਦ ਦਵਾ ਦੇ, ਰੈਸਟ ਕਰਾ ਦੇ, ਉਹ ਫਿਰ ਇਕੱਲੀ ਫੀਮ ਹੈ। ਜੇ ਉਹ ਦੂਜੀਆਂ ਗੋਲੀਆਂ ਜਾਂ ਕੋਈ ਇੰਜੈਕਸ਼ਨ ਲਿਖ ਦੇਣ, ਐਲਪਰੈਕਸ ਲਿਖ ਦੇਣ, ਤਾਂ ਉਹ 2 ਸਾਲ ਤੋਂ ਵੱਧ ਲਿਵਰ ਕਿਡਨੀ ਨੂੰ ਠੋਕ ਦਿੰਦੀਆਂ। ਇਹ ਇੱਕ ਫੀਮ ਹੀ ਆ ਜਿਹੜੀ 50 ਸਾਲ ਖਾ ਲਓ ਯਾਰ, ਤੁਹਾਨੂੰ ਚਾਅ ਚੜ੍ਹਦਾ, ਆਨੰਦ ਆਉਂਦਾ, ਸਰੀਰ ਦੇ ਵਿੱਚ ਖੂਨ ਵੀ ਨਹੀਂ ਸੜਦਾ, ਨਾਲ ਘਿਓ ਖਾਂਦਾ ਬੰਦਾ, ਨਾਲ ਵਧੀਆ ਵਧੀਆ ਕੋਈ ਖੁਰਾਕ ਖਾਂਦਾ, ਅਤੇ ਚਿੱਟੇ ਵਾਲੇ ਐਂ ਜਮ੍ਹਾਂ ਘੁਰਨੇ 'ਚ ਵੜ ਕੇ ਪਏ ਹੁੰਦੇ ਆ, ਉਹ ਆਪਦੇ ਆਪ ਨੂੰ ਮਾਰਨਾ ਚਾਹੁੰਦੇ ਆ, ਉਹ ਖੁਰਾਕ ਨਹੀਂ ਖਾ ਸਕਦੇ। ਤਾਂ ਮੈਂ ਕਹਿੰਦਾ ਵੀ ਇਹ ਨਸ਼ਾ ਨਹੀਂ, ਨਾ ਇਹ ਮਾੜੀ ਆ, ਇਹਦਾ ਕਰੋੜ ਦਾ ਨਾਮ ਤਾਂ ਹੀ ਰੱਖਿਆ। ਜਿਹੜੇ ਵਿਰੋਧ ਕਰਦੇ ਆ ਨਾ, ਉਹ ਸਿਰਫ ਚਿੱਟੇ ਵਾਲਿਆਂ ਦੇ ਸਕੇ ਆ, ਪਰ ਓਪਨ ਆ ਕੇ ਵਿਰੋਧ ਕਰਕੇ ਵਿਖਾਵੇ ਕੋਈ, ਅੱਜ ਵੀ ਸਾਨੂੰ ਝੂਠਾ ਕਰੇ, 80% 90% ਲੋਕ ਮੇਰੇ ਹੱਕ 'ਚ ਨਾ ਹੋਏ, ਤਾਂ ਵੀ ਅਸੀਂ ਕਰੋੜ ਭਰ ਦਾਂਗੇ। ਹਾਂ ਤੂੰ ਸੱਚਾ ਬਾਈ। ਪਰ ਇੱਕ ਚੀਜ਼ ਹੋਰ ਆ ਵੀ ਜਿਹੜੇ ਵੀ ਫੀਮ ਖਾਂਦੇ ਆ ਲੋਕ, ਜਿਹੜੇ ਹਰ ਰੋਜ਼ ਖਾਂਦੇ ਆ, ਉਹਨਾਂ ਤੋਂ ਅਸੀਂ ਸੁਣਿਆ ਉਹ ਕਹਿੰਦੇ ਤੋੜੇ ਦੀ ਵੀ ਬਹੁਤ ਮਾੜੀ ਹੈ, ਮਤਲਬ ਫੀਮ ਤੋਂ ਬਗੈਰ ਬੰਦਾ ਫਿਰ ਰਹਿ ਹੀ ਨਹੀਂ ਸਕਦਾ ਜਿਹੜਾ ਰੋਜ਼ ਖਾਂਦਾ। ਹਾਂ, ਇਹ ਗੱਲ ਬਹੁਤ ਅਹਿਮ ਹੈ, ਇਸ ਚੀਜ਼ ਨੂੰ ਅਸਲ 'ਚ ਤੋੜ ਤਾਂ ਹੈਗੀ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਆਪਦੇ ਨਾਲ ਹੰਡਾਈ ਹੈ। ਅੱਜ ਤੋਂ 30 ਸਾਲ ਪਹਿਲਾਂ ਨਾ, ਮੈਂ ਲਗਾਤਾਰ ਮਹੀਨਾ ਤੱਕ ਵੀ ਫੀਮ ਜਾਂ ਪੋਸਟ ਦਾ ਜੇ ਕੋਈ ਆਰ 2 ਟਰੱਕ ਵਾਲਾ ਦੇਗਾ ਤਾਂ ਖਾ ਲਈ, ਲਗਾਤਾਰ ਤੁਸੀਂ 6 ਮਹੀਨੇ ਖਾ ਕੇ ਵੀ ਛੱਡ ਦੋਗੇ ਕੋਈ ਤੋੜ ਨਹੀਂ ਲੱਗਣੀ, ਲਗਾਤਾਰ ਕਹਿ ਰਿਹਾ 6 ਮਹੀਨੇ ਖਾ ਕੇ ਛੱਡ ਦੋਗੇ ਕੋਈ ਤੋੜ ਨਹੀਂ ਲੱਗਣੀ, ਪਰ ਜਦੋਂ ਤੁਸੀਂ 2 ਸਾਲ ਬਿਨ ਨਾਗਾ ਸੁਬਹਾ ਸ਼ਾਮ ਦੁਪਹਿਰ 3 ਟਾਈਮ 2-2 ਸਾਲ ਤੋਂ ਵੱਧ ਖਾ ਗਏ ਨਾ, ਫਿਰ ਤੁਹਾਨੂੰ ਇਹਦਾ ਆਦੀ ਬਣਨਾ ਪੈਂਦਾ। ਅਸੀਂ ਕਹਿੰਦੇ ਵੀ ਜਿਹੜੇ ਵਿਚਾਰੇ ਆਦੀ ਬਣ ਚੁੱਕੇ ਆ, ਜਿਨ੍ਹਾਂ ਨੇ ਅੱਜ ਬਲੇਟ ਮਾਰ ਲੈਂਦੇ ਆਪਦੇ ਵੀ ਮਾਤਾ ਸੱਟ ਵੱਜ ਗਈ ਮੇਰੇ, ਮੈਨੂੰ ਪੈਸੇ ਦਿਓ, ਉਹ ਚਿੱਟੇ ਵਾਲੇ ਆ, ਉਹਨਾਂ ਦੀ ਤੋੜ ਐਡੀ ਭੈੜੀ ਆ, ਉਸ ਤੋੜ ਨੂੰ ਇਹ ਚੀਜ਼ ਖਤਮ ਕਰ ਸਕਦੀ। ਜਿਹੜੇ ਪੱਕੇ ਲੱਗੇ ਬੰਦਿਆਂ ਵਾਸਤੇ ਮੈਂ ਗੱਲ ਕਰ ਰਿਹਾ, ਜੇ ਨਵੇਂ ਨੇ, ਕਿਸੇ ਨੇ ਕਿਸਾਨ ਨੇ, ਕਿਸੇ ਮਜ਼ਦੂਰ ਨੇ, ਕੋਈ ਕੰਮ ਕਰਨਾ, ਕੋਈ ਮਿਹਨਤ ਨਾ ਹੰਡਾਉਣਾ, ਕੋਈ ਚੰਗੀ ਨੀਂਦ ਲੈਣੀ ਆ, ਉਹ ਭਲਾ ਰੋਜ਼ 1 ਦਿਨ ਛੱਡ ਕੇ ਖਾਈ ਚੱਲੇ, ਉਹਨਾਂ ਨੂੰ ਕਦੇ ਤੋੜ ਨਹੀਂ ਲੱਗੂਗੀ। ਇਹਦੀ ਤੋੜ ਸਿਰਫ ਉਹਨਾਂ ਨੂੰ ਹੈ ਜਿਹੜੇ 2-2 ਸਾਲ ਤੋਂ ਲਗਾਤਾਰ ਮੋਟੀ ਮਾਤਰਾ 'ਚ ਖਾਂਦੇ ਆ, ਪਰ ਜਿਹੜੇ ਫਸੇ ਤੋੜਨ ਵਾਲੇ ਮਰੇ ਪਏ ਮਰੀਜ਼ ਬਣੇ ਪਏ ਚਿੱਟੇ ਵਾਲੇ ਗੋਲੀਆਂ ਵਾਲੇ, ਉਹਨਾਂ ਨੂੰ ਆਪਾਂ ਦੇ ਦਾਂਗੇ ਤਾਂ ਕੀ ਨੁਕਸ ਹੈ ਜੀ। ਇਸ ਕਰਕੇ ਕਹਿੰਦਾ ਤੋੜ ਇਹਦੀ ਅਸਲ 'ਚ ਫਾਇਦੇ ਵਾਲੀ ਆ, ਕੋਈ ਨੁਕਸਾਨ ਨਹੀਂ ਕਰਦੀ। ਹਾਂ, ਇੰਨਾ ਵੀ ਮੈਂ ਜੇ ਇਹਦੀ ਤੋੜ ਲੱਗਦੀ ਹੋਵੇ, ਸਸਤੀ ਹੋਵੇ, ਤਾਂ ਮੈਂ ਰੋਜ਼ ਖਾਣਾ ਦੁੱਖ ਕੀ ਉਹਦੇ 'ਚ, ਅੱਜ ਮਹਿੰਗੀ ਆ ਤਾਂ ਹੀ ਮਾੜੀ ਹੈ ਨਾ, ਸਾਡੇ ਫਸਲਾਂ 'ਚ ਉੱਗਦੀ ਹੋਵੇ, 50 ਲੱਖ ਦੀ ਮੰਡੀ ਹੈ ਇੰਡੀਆ, ਆਪਣੇ ਪੰਜਾਬ 'ਚ 50 ਲੱਖ ਤੋਂ ਵੱਧ ਬੰਦਾ ਜਿਹੜਾ ਮਾਰੂ ਨਸ਼ੇ ਖਾ ਖਾ ਕੇ ਮਰ ਰਿਹਾ, ਨਪੁੰਸਕ ਹੋ ਰਿਹਾ, ਨਮਰਦ ਹੋ ਰਿਹਾ, ਜੇ ਉਹਨਾਂ ਨੂੰ ਫੀਮ ਮਿਲਦੀ ਹੋ ਜੇ, ਉਹ ਵਧੀਆ ਘਰ ਪਾਲਣ, ਚੰਗੇ ਨਾਗਰਿਕ ਬਣ ਕੇ ਜਿਉਂ ਜਾਣ, ਤਾਂ ਦੁੱਖ ਕੀ ਇਹਦੇ 'ਚ। ਨਾਲੇ ਉਹੀ ਜਿਹੜਾ ਅੱਜ 50,000 ਕਰੋੜ ਤੋਂ ਵੱਧ ਦਾ ਰੁਪਈਆ ਨਾ ਰਾਜਸਥਾਨ ਅਤੇ MP ਜਾ ਰਿਹਾ, ਯਕੀਨ ਮੰਨਿਓ ਇਹ ਅੰਕੜੇ ਆ ਸਾਡੇ ਕੋਲ, ਕਿਉਂਕਿ ਅਸੀਂ ਪਿੰਡ ਪਿੰਡ ਜਾ ਕੇ ਚੈੱਕ ਕੀਤਾ, 12,783 ਪਿੰਡਾਂ ਦੇ ਵਿੱਚ ਹਰ ਇੱਕ ਪਿੰਡ 'ਚ 200-250 ਤੋਂ ਵੱਧ ਬੰਦਾ ਪੋਸਟ ਫੀਮ ਖਾਣ ਵਾਲਾ ਹੈਗਾ, ਔਰ ਵੱਡੇ 22 ਸ਼ਹਿਰਾਂ ਦੇ ਵਿੱਚ ਲੱਖਾਂ ਹੀ ਤੁਹਾਨੂੰ ਨੌਜਵਾਨ ਆ ਜਿਹੜੇ ਭਟਕਦੇ ਹੋਏ ਕੁੜੀਆਂ ਵੀ ਮਿਲ ਜਾਣਗੀਆਂ। ਉਹਨਾਂ ਬੰਦਿਆਂ ਨੂੰ ਸਾਡੇ ਮਾਰੂ ਨਸ਼ੇ ਦੇਣ ਦੀ ਬਜਾਏ ਸਾਡੇ ਕਿਸਾਨਾਂ ਨੂੰ ਕਹਿ ਕੇ 1.5 ਕਿੱਲਾ ਪਰਮਿਟ ਦਿੱਤਾ ਜਾਵੇ, ਔਰ ਜਿਹੜੇ ਪੱਕੇ ਲੱਗੇ ਆ ਉਹਨਾਂ ਨੂੰ ਡਾਕਟਰ ਚੈੱਕ ਕਰ ਲੈਣ ਵੀ ਹਾਂ ਇਹ ਬੰਦਾ ਛੱਡ ਨਹੀਂ ਸਕਦਾ, ਇਹਨੂੰ ਅਸੀਂ ਅਫੀਮ ਲਿਖ ਕੇ ਦਿੰਦੇ, ਉਹਨੂੰ ਬੁੱਪਣ ਗੋਲੀ ਥਾਂ 'ਤੇ ਕਾੜਾਂ ਦੇ ਰਾਹੀਂ ਅਫੀਮ ਮਿਲਣ ਲੱਗ ਜੇ, ਸਾਰੀ ਉਮਰ ਕੱਢ ਜਾਣਗੇ ਜੀ, ਅਤੇ ਨਾ ਹੀ ਇਹ ਚੀਜ਼ ਮਾੜੀ ਹੈ ਅਤੇ ਨਾ ਹੀ ਇਹ ਉਹ ਆ ਜਿਹੜੀ ਪੈਦਾ ਨਹੀਂ ਹੋ ਸਕਦੀ। ਇੱਕ ਫਸਲ ਨੂੰ ਨਸ਼ਾ ਕਹਿ ਕੇ ਬਦਨਾਮ ਕੀਤਾ, ਤੁਹਾਡੀ ਹੈਲਪ ਨਾਲ, ਦੋਸਤਾਂ ਦੀ ਹੈਲਪ ਨਾਲ ਆਪਾਂ ਦੁਬਾਰਾ ਉਹਨੂੰ ਫਸਲ ਬਣਾਉਣਾ, ਤਾਂ ਜੋ ਮਰਦੇ ਲੋਕ ਬਚ ਸਕਣ। ਹਾਂਜੀ, ਫਸਲ ਤੋਂ ਇੱਕ ਚੀਜ਼ ਹੋਰ ਆ, ਜਦੋਂ ਖੇਤੀ ਕਹਿੰਦੇ ਜੇਕਰ ਇਹਦੀ ਹੋਣ ਲੱਗ ਗਈ ਖੇਤੀ, ਇਹਦੇ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਊਗਾ, ਕਿਉਂਕਿ ਇਹ ਕਹਿੰਦੇ ਸਸਤੀ ਬਹੁਤ ਆ ਫਸਲ ਦੇ ਤੌਰ 'ਤੇ ਵੇਖੀਏ ਤਾਂ, ਉੱਨੀ ਮਹਿੰਗੀ ਤਾਂ ਵਿਕਣੀ ਨਹੀਂ, ਫਿਰ ਉਹਨਾਂ ਦਾ ਨੁਕਸਾਨ ਹੋਊ, ਤਾਂ ਹੀ ਤਾਂ ਫਿਰ ਖੇਤੀ ਉਹ ਕਹਿ ਨਹੀਂ ਰਹੇ, ਜੇਕਰ ਖੇਤੀ ਕਹਿ ਦਿੱਤੀ ਤਾਂ ਨੁਕਸਾਨ ਹੋਊ ਕਿਸਾਨੀ ਦਾ। ਸਵਾਦ ਲਿਆਤਾ ਬਾਈ ਗੱਲ ਕਰਕੇ, ਕਿਉਂਕਿ ਲੋਕਾਂ ਦਾ ਦਿਮਾਗ ਇਹ, ਮੈਨੂੰ ਨਾ ਮੈਂ ਭੁੱਲ ਜਾਂਦਾ ਅਕਸਰ ਹੀ, ਇਹ ਕੁਸਚਨ ਲੋਕ ਕਰਦੇ ਆ ਵੀ ਆਰਥਿਕ ਨਾਲ ਨਹੀਂ ਜੁੜਿਆ ਮੁੱਦਾ, ਆਰਥਿਕ ਨਾਲ ਬਹੁਤ ਵੱਡਾ ਜੁੜਿਆ। ਤੁਸੀਂ UP ਦੇ ਕਿਸਾਨਾਂ ਕੋਲ ਜਾ ਕੇ ਵੇਖਿਓ ਵੀ ਤੁਹਾਡੇ ਪਰਮਿਟ ਕੱਟ ਦੀ ਗਏ, ਇਹਦਾ ਕਿਹੜਾ ਫਾਇਦਾ, ਉਹ ਤੁਹਾਡਾ ਗੱਲ ਘੁੱਟਣ ਦੇ ਜਾਣਗੇ। ਉਹ ਕਹਿੰਦੇ ਆ ਗੱਲ ਸੁਣ ਲਓ, 7 ਲੱਖ ਦੇ ਵੱਧ ਕਿੱਲੇ ਦੇ, ਚਲੋ ਜੇ 1.5 ਕਿੱਲਾ ਵੀ ਹੈ ਨਾ, 5-5 ਲੱਖ ਦੀ ਇਕੱਲੀ ਖਸਖਸ ਵਿਕ ਜਾਂਦੀ ਹੈ, ਜਿਹੜਾ ਨੈਸ਼ਨਲ ਲੈਵਲ ਦੇ 1500 ਤੋਂ ਵੱਧ 2000 ਕਿੱਲੋ ਦਾ ਰੇਟ ਹੈ ਇਕੱਲੀ ਖਸਖਸ। ਡੋਡੇ ਤੁਸੀਂ 200 ਨੂੰ ਕਿੱਲੋ ਲੈ ਲਓ,
15 ਤੋਂ 16 ਲੱਖ ਦੇ ਡੋਡੇ ਨਿਕਲ ਜਾਣਗੇ ਇੱਕ ਕਿਲੋ 'ਚ। ਫੀਮ ਸਾਰੀ ਸਰਕਾਰ ਚੱਕ ਲਈ, ਅਸੀਂ ਕਹਿੰਦੇ 3000 ਛੱਡੋ, ਤੁਸੀਂ 500 ਨੂੰ ਕਿਲੋ ਲੈ ਲਓ ਫੀਮ, ਅਸੀਂ ਨਹੀਂ ਫੀਮ ਦੇ ਪੈਸੇ ਕਮਾਉਂਦੇ, ਦਵਾਈਆਂ ਬਣਾਓ, ਲੋਕਾਂ ਨੂੰ ਬਚਾਓ, ਇੰਨੀ ਬਿਮਾਰੀ ਵੱਧ ਰਹੀ ਹੈ। ਦੁਨੀਆ ਭਰ ਦੇ ਵਿੱਚ ਜਿੰਨੀ ਫੀਮ ਪੈਦਾ ਹੁੰਦੀ ਹੈ, ਇੱਦੋਂ 5 ਗੁਣਾ ਵੱਧ ਫੀਮ ਦੀ ਲੋੜ ਪੈਣੀ ਹੈ, ਕਿਉਂਕਿ ਇੰਨੇ ਇੱਥੇ ਅਧਰੰਗ, ਸ਼ੂਗਰ, ਬੀ ਪੀ ਅਟੈਕ ਦੀਆਂ ਬਿਮਾਰੀਆਂ ਲੋਕਾਂ ਨੂੰ ਆ ਰਹੀਆਂ, ਆ ਯੂਰੀਆ ਖਾ ਖਾ ਲੋਕ ਗਲ ਰਹੇ ਆ, ਉਹਨਾਂ ਨੂੰ ਇਕੱਲੀ ਫੀਮ ਵਰਦਾਨ ਹੈ ਜਿਹੜੀ ਇਸ ਬਿਮਾਰੀਆਂ ਤੋਂ ਬਚਾਉਂਦੀ ਹੈ। ਤਾਂ ਕਰਕੇ ਕਹਿੰਦਾ ਫੀਮ, ਇਹ ਲੋਕ ਕਹਿੰਦੇ ਨਾ ਬਹੁਤ ਹੋਜੂ, ਬਹੁਤ ਕਦੇ ਵੀ ਨਹੀਂ ਹੋਊਗੀ, ਇਹ ਬਿਮਾਰੀਆਂ ਤੋਂ ਬਚਾਉਣ ਵਾਸਤੇ ਇੱਕ ਪਰਮਾਤਮਾ ਦਿੱਤਾ ਗਿਫਟ ਹੈ, ਇਹ ਲੋਕਾਂ ਨੂੰ ਲੋੜ ਪੈਣੀ ਹੀ ਪੈਣੀ ਹੈ। ਫਿਰ ਮੈਂ ਤਾਂ ਬੇਨਤੀ ਕਰਦਾ ਵੀ ਜੇ ਲੋੜ ਪੈਣੀ ਹੈ ਨਾ ਤਾਂ ਅਸੀਂ ਬਾਹਰੋਂ ਕਿਉਂ ਖਰੀਦੀਏ, 15% ਫੀਮ ਸਾਨੂੰ ਇੱਥੇ ਮਿਲਦੀ ਹੈ, 85% ਬਾਹਰੋਂ ਅਸੀਂ ਦਵਾਈਆਂ ਚੱਕਦੇ ਹਾਂ, ਉਗਾਉਂਦੇ ਸਾਡੇ ਲੋਕ ਆ, ਪੈਦਾ ਮਿਹਨਤ ਆ ਸਾਡੇ ਕਿਸਾਨ ਕਰਦੇ, ਸਾਰੀ ਫੀਮ ਚੱਕ ਕੇ ਇੰਗਲੈਂਡ ਲਿਜਾਂਦਾ। ਜੇ ਇਹੀ ਮਾੜੀ ਹੋਵੇ ਤਾਂ ਇੰਗਲੈਂਡ ਚੱਕੇ ਕਿਉਂ? ਅਜੇ ਲੋਕ ਕਹਿ ਦਿੰਦੇ ਨਾ ਵੀ ਇਹ ਚੀਨ ਦਾ ਯੁੱਧ ਹੋਇਆ ਸੀ, ਉਹ ਸੁਣੀਆਂ ਸੁਣਾਈਆਂ ਕਹਾਣੀਆਂ ਦੇ ਡਰਾਮਾ ਕਰਦੇ ਆ, ਅੱਜ ਵੀ ਸਾਰੀ ਇੰਗਲੈਂਡ, ਸਾਡੀ ਸਾਰੀ ਫੀਮ ਇੰਗਲੈਂਡ ਖਾਉਂਦਾ ਅਤੇ ਨਾਲੇ ਇੰਗਲੈਂਡ ਦੁਨੀਆ 'ਤੇ ਰਾਜ ਕਰੀ ਜਾਂਦਾ। ਜੇ ਫੀਮ ਮਾੜੀ ਹੁੰਦੀ ਤਾਂ ਸਾਰੇ ਉੱਥੋਂ ਦੇ ਅਮਲੀ ਬਣ ਜਾਂਦੇ। ਇਸ ਕਰਕੇ ਭਰਾਵਾਂ ਨੂੰ ਬੇਨਤੀ ਕਰਦਾ, ਇਸ ਨੂੰ ਸਮਝੋ ਜ਼ਰੂਰ, ਸਾਡੀ ਇਸ ਗੱਲਬਾਤ ਨੂੰ ਪੜ੍ਹਿਓ ਜ਼ਰੂਰ, ਤੁਹਾਡੇ ਨਾ ਇੱਕ ਚਿਹਰਾ ਹੋਰ ਵਿਖਾਇਆ ਜਾਂਦਾ, ਹਾਥੀ ਦੰਦਾਂ ਵਾਲੀ ਗੱਲ ਹੈ, ਇੱਕ ਬਹੁਤ ਵੱਡਾ ਵਰਦਾਨ ਹੈ, ਪੰਜਾਬ ਨੂੰ ਬਚਾ ਸਕਦਾ, ਕਿਸਾਨੀ ਨੂੰ ਬਹੁਤ ਵਧੀਆ ਰੁਪਈਆ ਦਵਾ ਸਕਦਾ, ਪਰ ਉਹ ਕਿਸਾਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਇੱਥੋਂ ਦਾ ਨਹੀਂ ਕੋਈ ਫਾਇਦਾ, ਜਿਨ੍ਹਾਂ ਲੋਕਾਂ ਕੋਲ ਪਰਮਿਟ ਹੈ ਨਾ ਬਾਈ ਤੁਸੀਂ ਮੇਰੇ ਨਾਲ ਐਂ ਚੱਲੋ ਰਾਜਸਥਾਨ MP, ਉਹ ਕਹਿੰਦੇ ਲੜਨਾ ਮਰਨਾ, ਧਰਨੇ ਲਾਉਣੇ, ਸਰਕਾਰ ਦੇ ਲੀਡਰਾਂ ਨੂੰ ਘੇਰਨਾ ਮਨਜ਼ੂਰ ਆ, ਪਰ ਅਸੀਂ ਪੱਟੇ ਨਹੀਂ ਛੱਡਣੇ, ਇਸ ਵਾਰੀ ਪੱਟੇ ਵਧੇ ਆ ਰਾਜਸਥਾਨ 'ਚ, ਜੇ ਨੁਕਸਾਨ ਹੁੰਦਾ ਨਾ ਕਿਉਂਕਿ ਇਹਦੀ ਕਮਾਈ ਵਿਖਾਵੇ 'ਚ ਘੱਟ ਹੈ, ਦੱਸੀ ਨਹੀਂ ਜਾਂਦੀ, ਵੈਸੇ ਬਹੁਤ ਕਮਾਈ ਹੈ, ਠੀਕ ਹੈ, ਕਿਉਂਕਿ ਸਾਡੇ ਮੰਡੀ ਆ ਪੰਜਾਬ 'ਚ, ਸਾਨੂੰ ਤਾਂ ਬਾਹਰ ਜਾਣ ਵੇਚਣ ਦੀ ਲੋੜ ਵੀ ਨਹੀਂ ਕਿਤੇ ਜੀ। ਅੱਛਾ ਬਾਈ, ਉਹ ਕਿਹੜੀਆਂ ਤਾਕਤਾਂ ਜਿਹੜੀਆਂ ਨਹੀਂ ਚਾਹੁੰਦੀਆਂ ਵੀ ਫੀਮ ਦੀ ਖੇਤੀ ਹੋਵੇ, ਵੀ ਨੁਕਸਾਨ ਕਿੰਨਾ ਨੂੰ ਹੋਊਗਾ ਜੇਕਰ ਫੀਮ ਦੀ ਖੇਤੀ ਹੋ ਜਾਂਦੀ? ਬਿਲਕੁਲ ਬਿਲਕੁਲ, ਬਹੁਤ ਸੋਹਣੀ ਗੱਲ ਹੈ। ਸਭ ਤੋਂ ਵੱਡਾ ਨੁਕਸਾਨ ਆ ਮੈਡੀਕਲ, ਜੋ ਦੁਨੀਆ ਦਾ ਸਭ ਤੋਂ ਟੌਪ ਦਾ ਅਤੇ ਅਮੀਰਾਂ ਦਾ ਧੰਦਾ, ਜਿਹੜੇ ਸਰਕਾਰਾਂ ਨੂੰ ਬਦਲਦੇ ਵੀ ਆ ਅਤੇ ਪ੍ਰਧਾਨ ਮੰਤਰੀ ਤੱਕ ਵੀ ਕਹਿੰਦੇ ਆ ਵੀ ਆਹ ਬਣਾਉਣਾ, ਉਹ ਆ ਮੈਡੀਕਲ ਵਾਲੇ। ਮੈਡੀਕਲ ਦਾ ਧੰਦਾ 70-80% ਪ੍ਰਭਾਵਿਤ ਹੈ ਇਹਦੇ ਨਾਲ, ਕਿਉਂਕਿ ਸਿਰ ਦੁਖਦੇ ਤੋਂ ਲੈ ਕੇ ਬਲੱਡ ਕੈਂਸਰ ਤੱਕ ਫੀਮ ਨਾਲ ਠੀਕ ਹੁੰਦੇ ਆ ਬਾਈ ਜੀ, ਸਾਡੇ ਪੰਜਾਬੀਆਂ ਨੇ, ਸਾਡੇ ਬਜ਼ੁਰਗਾਂ ਨੇ ਠੀਕ ਕੀਤਾ, ਆ ਹੁਣੇ ਦਵਾਈਆਂ ਖਾ ਕੇ ਮਰਦੇ ਪਏ ਲੋਕ। ਸਭ ਤੋਂ ਵੱਡਾ ਨੁਕਸਾਨ ਹੋਣਾ ਮੈਡੀਕਲ ਨੂੰ, ਉਸ ਤੋਂ ਬਾਅਦ ਵੱਡਾ ਨੁਕਸਾਨ ਹੋਣਾ ਆ ਦੀਪ ਮਲਹੋਤਰੇ ਵਰਗੀਆਂ ਜਿਹੜੇ ਫੈਕਟਰੀਆਂ ਚਲਾਉਂਦੇ ਸ਼ਰਾਬ ਦੀਆਂ, ਕਿਉਂਕਿ ਸ਼ਰਾਬ ਵੀ ਇੱਥੇ 70% ਨਹੀਂ ਤਾਂ 50% ਤਾਂ ਘੱਟ ਹੀ ਜਾਊਗੀ ਨਾ, ਅੱਜ ਮਜਬੂਰੀ 'ਚ ਲੋਕ ਸਸਤਾ ਸਮਝ ਕੇ ਸ਼ਰਾਬ ਦਾ ਪੁਗਾ ਲਾਉਂਦੇ ਆ, ਅਤੇ ਜੇ ਇਹੀ ਫੀਮ ਸਾਡੇ ਠੇਕਿਆਂ ਤੋਂ ਮਿਲਦੀ ਹੋਵੇ 2 ਲੱਖ ਨੂੰ ਕਿਲੋ ਨਾ ਹੋਵੇ ਤਾਂ ਤੁਹਾਨੂੰ ਦੱਸਾਂਗਾ ਵੀ ਲੋਕ ਆਹ ਗੰਦੇ ਨਸ਼ੇ ਛੱਡ ਕੇ ਇੱਧਰ ਆ ਗਏ ਆ, ਜਿਹੜੇ ਮਜਬੂਰ ਆ ਨਾ ਵਿਚਾਰੇ, ਗਰੀਬ ਲੋਕ ਹੈ, ਅੱਜ ਉਹਨਾਂ ਦੀ ਪਹੁੰਚ ਤੋਂ ਬਾਹਰ ਕਰਤੀ 2 ਲੱਖ ਨੂੰ ਬਲੈਕੀਆਂ ਨੇ ਰੇਟ ਕਰਕੇ, ਉਹ ਫਿਰ ਅੱਕ ਕੇ ਆਹ ਜਿਹੜੀ ਬੁੱਪਣ ਗੋਲੀ ਫ੍ਰੀ ਮਿਲਦੀ ਹੈ, ਇਹਦਾ ਟੀਕਾ ਲਾ ਕੇ ਜਾਂ ਚਿੱਟਾ ਜਿਹੜਾ ਨਕਲੀ ਆਉਂਦਾ ਫੈਂਟਾਨਿਲ ਉਹ ਲਾ ਰਹੇ ਆ। ਇਹ 2 ਤਾਕਤਾਂ ਬਹੁਤ ਵੱਡੀਆਂ ਜਿਹੜਾ ਸਾਡਾ ਵਿਰੋਧ ਕਰਦੀਆਂ, ਇੱਕ ਏਜੰਸੀਆਂ ਜਿਹੜਾ ਪੰਜਾਬ ਨੂੰ ਠੋਕਣਾ ਚਾਹੁੰਦੀਆਂ, ਚਿੱਟਾ ਹੋ ਗਿਆ ਅਤੇ ਸ਼ਰਾਬ ਵਾਲੇ ਹੋ ਗਏ, ਨੰਬਰ 2 ਤੇ ਮੈਡੀਕਲ ਦਾ ਧੰਦਾ ਹੋ ਗਿਆ, ਅਤੇ ਉਸ ਤੋਂ ਬਾਅਦ ਏਜੰਸੀਆਂ, ਇਹ 4 ਪਾਪ ਤਾਕਤਾਂ ਜਿਨ੍ਹਾਂ ਨੂੰ ਪਾਛੇ ਧੱਕਣਾ ਪੈਣਾ, ਲੋਕਾਂ ਨੂੰ ਇਕੱਠੇ ਹੋ ਕੇ ਫਿਰ ਇਹ ਖੇਤੀ ਹੋਣੀ, ਕਿਸੇ 1 MLA ਦੇ ਜਾਂ ਕਿਸੇ 1 MP ਦੇ ਬੋਲਣ ਨਾਲ ਖੇਤੀ ਨਹੀਂ ਕਦੇ ਵੀ ਹੋਊਗੀ, ਇਹ ਤਾਂ ਛਿੱਤਰ ਤਕੜਾ ਕਰੋ ਲੋਕੋ, ਜੇ ਬਚਣਾ ਤਾਂ ਤੁਹਾਨੂੰ ਵਿਖਾਊਂਗਾ ਵੀ ਤੁਹਾਡੇ ਅੱਗੇ ਲਾ ਕੇ ਗੋਡੇ ਟੇਕਦੇ ਆ, ਜੇ ਆਪਾਂ ਕਹਾਂਗੇ ਲੀਡਰ ਕਰਕੇ ਦੇਣਗੇ ਤਾਂ ਭੁੱਲ ਜਾਓ, ਲੀਡਰਾਂ ਤੋਂ ਨਹੀਂ ਹੋਣੀ ਇਹ।